ਆਪਦੇ ਲੋਕ ਚਾਹੁੰਦੇ ਸੀਗੇ, ਪੰਥਕ ਸਫਾ ਚਾਹੁੰਦੀਆਂ ਸੀਗੀਆਂ, ਜਾਂ ਜੋ ਫੈਸਲਾ ਲੈਣ ਦਾ ਹੱਕ ਬਣਦਾ ਸੀ ਅਕਾਲੀ ਦਲ ਦਾ, ਉਹਨਾਂ ਨੇ ਸਹੀ ਮੌਕੇ ਤੇ ਸਹੀ ਫੈਸਲਾ ਲਿਆ। ਤੁਸੀਂ ਕਿਹਾ ਸੀਗਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਨਹੀਂ ਆ ਸਕਦਾ ਤੇ ਨਾ ਹੀ ਅਕਾਲੀ ਦਲ 'ਚ ਕੋਈ ਪੈਦਾ ਹੋ ਸਕਦਾ, ਤੁਸੀਂ ਮਹਿਸੂਸ ਕਰਦੇ ਹੋ ਵੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਬਾਈ ਦੀ ਸਥਿਤੀ ਹੋਈ, ਉਹ ਵੀ ਹਾਫ ਵੀ ਹਾਰੇ, ਤਾਂ ਉਹ ਉਹਦੇ ਉਹਦੇ ਵਿੱਚ ਬਹੁਤ ਘਾਟਾ ਉਹਨਾਂ ਦਾ ਜਾਣ ਤੋਂ ਬਾਅਦ ਪਿਆ ਤੇ ਲੀਡਰ ਉਹੋ ਜਿਹੇ ਨਹੀਂ ਬਣ ਪਏ। ਉਹਨਾਂ ਦਾ ਜਿਹੜਾ ਜੀਵਨ ਆ ਉਹ ਤਾਂ ਆਪਣੇ ਲਈ ਬੜਾ ਵੱਡਾ ਪ੍ਰੇਰਣਾ ਸਰੋਤ ਆ, ਉਹਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ। ਆਪਣੇ ਆਪ ਨੂੰ ਸਾਰੀ ਉਮਰ ਸਮਰਪਿਤ ਕਰਕੇ ਤੇ ਆਪਣੇ ਸਿਰ ਛੱਡ ਕੇ ਕੰਮ ਕਰਨਾ ਪਊਗਾ, ਤਾਂ ਹੀ ਕੋਈ ਲੀਡਰ ਉੱਥੇ ਪਹੁੰਚ ਸਕਦਾ ਹੈ। ਪਰ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੀ ਘਾਟ ਮਹਿਸੂਸ ਕਰਦੇ ਹੋ? ਦੇਖੋ, ਘਾਟ ਤਾਂ ਨਹੀਂ ਹੁੰਦੀ ਲੀਡਰਸ਼ਿਪ, ਤਾਂ ਕਿਸੇ ਆਪਣੇ ਮੌਕੇ ਤੇ ਆਪਾਂ ਜੇ ਕਹੀਏ ਘਾਟ ਆ, ਫਿਰ ਤਾਂ ਆਪਣੇ 'ਚ ਕਮਜ਼ੋਰੀ ਦਿਸੂਗੀ, ਘਾਟ ਵਾਲੀ ਗੱਲ ਨਹੀਂ ਕੋਈ। ਪਰ ਲੀਡਰਸ਼ਿਪ ਨੂੰ ਸਮੇਂ ਦੇ ਹਾਣੀ ਬਣ ਕੇ ਉਸ ਵਕਤ ਦੇ ਮੁਤਾਬਕ ਆਪਣਾ ਜਿਹੜਾ ਹੈਗਾ ਖੜੇ ਹੋਣਾ ਚਾਹੀਦਾ, ਤੇ ਉਹ ਜਿਹੜੇ ਫੈਸਲੇ ਜਾਂ ਗੱਲਾਂ ਉਹ ਕਰਨੀਆਂ ਚਾਹੀਦੀਆਂ ਜੋ ਲੋਕ ਚਾਹੁੰਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ ਆ, ਉਹ ਦੇਖੋ ਕਿੰਨੀ ਮਿਹਨਤ ਕਰਦੇ ਹੋ, ਕਿੱਦਾਂ ਹੁਣ ਆ ਪੰਜਾਬ ਬਚਾਓ ਯਾਤਰਾ ਆ, ਇਹਨਾਂ ਜ਼ੋਰ ਨਾਲ ਲੱਗੇ ਆ। ਮਤਲਬ ਇੱਕ ਲੀਡਰ ਤਾਂ ਇਹੀ ਹੁੰਦਾ ਨਾ ਵੀ ਜਿਹੜਾ ਮੋਹਰੇ ਲੀਡ ਕਰੇ, ਤੇ ਪਿੱਛੇ ਸਾਰੇ ਉਹਦੀ ਜਿਹੜੀ ਫੌਜ ਨਾਲ ਉਹਦੇ ਚੱਲੇ ਨਾਲ, ਤੇ ਆਪਣੀ ਫੌਜ ਨੂੰ ਨਾਲ ਲੈ ਕੇ ਚੱਲੇ ਸਾਰੀ ਨੂੰ। ਅਕਾਲੀ ਦਲ ਤੇ ਬੀਜੇਪੀ ਨੇ ਐਲਾਨ ਕਰ ਦਿੱਤਾ ਜੀ ਅਸੀਂ ਹੁਣ ਇਕੱਲੇ ਇਕੱਲੇ ਚੋਣ ਲੜਾਂਗੇ, ਤੁਸੀਂ 13 ਸੀਟਾਂ ਦੇ ਉੱਪਰ ਚੋਣ ਲੜਨ ਲਈ ਤਿਆਰ ਹੋ ਕੇ ਜਾਂ ਫਿਰ ਬੀਜੇਪੀ ਦਾ ਸਹਾਰਾ ਲੈ ਕੇ ਲੜਨੀ ਚਾਹੀਦੀ? ਜੋ ਅਕਾਲੀ ਦਲ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਸਿਧਾਂਤ ਨਹੀਂ ਛੱਡਣੇ, ਅਸੀਂ ਅਸੂਲਾਂ ਤੇ ਪਹਿਰਾ ਦੇਣਾ ਆ, ਤੇ ਸਾਡਾ ਇੱਕ ਏਜੰਡਾ ਆ। ਅਗਰ ਬੀਜੇਪੀ ਸੁਹਿਰਦ ਹੁੰਦੀ, ਬੀਜੇਪੀ ਆਪਣੇ ਇਮਾਨਦਾਰੀ ਨਾਲ ਪੰਜਾਬ ਦੇ ਆਪਣੇ ਲੋਕਾਂ ਦੇ ਨਾਲ ਇਨਸਾਫ ਕਰਨਾ ਚਾਹੁੰਦੀ, ਤੇ ਬੀਜੇਪੀ ਨੂੰ ਪੰਜਾਬ ਦੇ ਮਸਲਿਆਂ ਬਾਰੇ ਕੋਈ ਨਾ ਕੋਈ ਪਹਿਲਾਂ ਫੈਸਲਾ ਕਰਨਾ ਚਾਹੀਦਾ ਸੀ। ਮਹਿਸੂਸ ਕਰਦੇ ਹੋ ਵੀ ਇਕੱਲੇ ਇਕੱਲੇ ਚੋਣ ਲੜਨੀ ਚਾਹੀਦੀ? ਤੁਹਾਡਾ ਨਿੱਜੀ ਤੌਰ ਦੇ ਉੱਪਰ ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਬਹੁਤ ਲੰਬਾ ਸਮਾਂ 1998 ਤੋਂ ਜੇ ਮੈਂ ਗਲਤ ਨਾ ਹੋਵਾਂ ਇਕੱਠੇ ਚੱਲੇ ਤੁਸੀਂ, ਤੇ 2019 ਦੇ ਵਿੱਚ ਤੁਸੀਂ 20 ਦੇ ਵਿੱਚ ਤੁਸੀਂ ਅੱਡ ਹੋਏ, ਤੇ ਇਹ ਤੁਹਾਨੂੰ ਲੱਗਦਾ ਵੀ ਇਕੱਠੇ ਰਹਿ ਕੇ ਜੇ ਚੋਣ ਲੜਦੇ ਤੇ ਥੋੜਾ ਜਿਹਾ ਫਾਇਦਾ ਹੋ ਜਾਣਾ ਸੀਗਾ? ਇਕੱਠੇ ਰਹਿ ਕੇ ਤਾਂ ਚੋਣ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਆ, ਇਹਦੇ 'ਚ ਤਾਂ ਕੋਈ ਆਪਣੇ ਉਹ ਗੱਲ ਨਹੀਂ ਹੈ ਵੀ ਆਪਾਂ ਕਹੀਏ ਵੀ ਨਹੀਂ ਫਾਇਦਾ ਫਾਇਦਾ ਹੁੰਦਾ। ਸਾਰੀ ਇੰਡੀਆ ਦੀ ਪੋਲਿਟਿਕਸ ਦੇਖੀਏ, ਅਲਾਇੰਸਿਸ ਹੋ ਰਹੇ ਨੇ, ਹੁਣ ਏਡਾ ਵੱਡਾ ਅਲਾਇੰਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੰਡੀਆ ਦਾ, ਲੋਕਾਂ ਨੇ ਫੈਸਲਾ ਕਰਨਾ। ਪਰ ਜੇ ਤੁਸੀਂ ਪੰਜਾਬ ਨੂੰ ਵੀ ਚਾਹੋ ਕਿ ਅਸੀਂ ਪੰਜਾਬ ਤੇ ਵੀ ਆਪਣਾ ਆਪਣੇ ਕਹਿ ਲਓ ਦਬਾਅ ਪਾ ਕੇ ਜ਼ੋਰ ਪਾ ਕੇ ਤੇ ਪੰਜਾਬ ਨੂੰ ਵੀ ਆਪਣੇ ਵੱਲ ਲੈ ਜਾਈਏ, ਤੇ ਇਹ ਗੱਲ ਨਾਮੁਮਕਿਨ ਆ। ਇਹ ਗੱਲ ਕਿਸੇ ਗੋਲੀ ਕਿਸੇ ਦੇ ਗਲੇ ਲੰਘਣੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਵਡਾਲਾ ਮੇਰੇ ਨਾਲ ਨੇ, ਗੱਲਾਂ ਬਾਤਾਂ ਕਰਾਂਗੇ ਰਾਜਨੀਤੀ ਉੱਤੇ, ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਇਸ ਵੇਲੇ ਉਹ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਫਤਵਾ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਸੀ ਦਿੱਤਾ, ਅਤੇ ਹੁਣ 2024 ਦੀਆਂ ਵੋਟਾਂ ਨੂੰ ਲੈ ਕੇ ਕੀ ਸੋਚਦੇ ਨੇ? ਕਿਉਂਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੇ ਵੀ ਵੱਖਰੀ ਵੱਖਰੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਮੇਰੇ ਨਾਲ। ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਸਮਾਂ ਦੇਣ ਲਈ ਧੰਨਵਾਦ। ਬਹੁਤ ਸ਼ੁਕਰੀਆ ਜੀ ਤੁਹਾਡਾ ਇੱਥੇ ਆਉਣ 'ਤੇ ਮਨਦੀਪ ਜੀ, ਤੁਹਾਡਾ ਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ। ਵਡਾਲਾ ਸਾਹਿਬ, ਆਮ ਦਿਨਾਂ ਦੇ ਵਿੱਚ ਕੀ ਰੁਟੀਨ ਰਹਿੰਦੀ ਆ? ਮੈਂ ਦੇਖ ਰਿਹਾ ਵੀ ਤੁਸੀਂ ਸਵੇਰੇ ਹੀ ਰੈਡੀ ਹੋ ਕੇ ਜਿਵੇਂ ਆਪਣੇ ਦਫ਼ਤਰ ਬਹਿ ਜਾਂਦੇ ਹੋ, ਲੋਕ ਆਉਂਦੇ ਨੇ, ਅਤੇ ਕੀ ਰੁਟੀਨ ਕੀ ਰਹਿੰਦੀ ਆ ਇਹਨਾਂ ਆਮ ਦਿਨਾਂ ਦੇ ਵਿੱਚ? ਦੇਖੋ, ਜਿਹੜਾ ਸਿਆਸੀ ਵਿਅਕਤੀ ਹੁੰਦਾ ਉਹਦਾ ਇੱਕ ਬੜਾ ਸੈੱਟ ਜਿਹਾ ਰੁਟੀਨ ਬਣ ਜਾਂਦਾ ਆ, ਉਹ ਆਪਣੇ ਉਸ ਦਾਇਰੇ 'ਚੋਂ ਆਪਣੇ ਸਰਕਲ 'ਚੋਂ ਉਹਦੇ ਕੋਲੋਂ ਬਾਹਰ ਨਿਕਲਣਾ ਬੜਾ ਮੁਸ਼ਕਲ ਆ। ਕੁਛ ਤਾਂ ਮਾਇੰਡ ਸੈੱਟ ਉੱਦਾਂ ਦਾ ਬਣ ਜਾਂਦਾ ਵੀ ਰੋਜ਼ ਪਤਾ ਹੁੰਦਾ ਵੀ ਅੱਜ ਇੰਨੇ ਪ੍ਰੋਗਰਾਮ ਆ, ਇੱਥੇ ਜਾਣਾ, ਆਹ ਕਰਨਾ ਆ, ਅਤੇ ਇਹ ਜਿਹੜੀ ਨਾ ਇੱਕ ਤਰ੍ਹਾਂ ਦੀ ਜ਼ਿੰਦਗੀ ਦਾ ਆਪਣਾ ਹਿੱਸਾ ਬਣ ਜਾਂਦਾ। ਫੌਜੀਆਂ ਦੀ ਤਰ੍ਹਾਂ ਨਹੀਂ ਮੈਨੂੰ ਲੱਗਦਾ, ਪਾਰਟੀਆਂ ਦੀ ਵੀ ਜ਼ਿੰਦਗੀ। ਬਿਲਕੁਲ, ਐਨ ਉਹ ਚਲੋ ਫੌਜ ਦੀ ਤਾਂ ਬੜੀ ਡਿਸਪਲਿਨ ਆ, ਇੱਥੇ ਡਿਸਪਲਿਨ ਹੈ ਨਹੀਂ ਬਿਲਕੁਲ, ਇੱਥੇ ਕੋਈ ਫਿਕਸਡ ਕਿਹੜਾ ਨਾ ਸੈੱਟ ਰੁਟੀਨ ਹੈਗਾ, ਲੇਕਿਨ ਇਹ ਆ ਵੀ ਉਹ ਸਿਲਸਿਲਾ ਉਹੀ ਆ, ਉਹੀ ਰਗੜਾ ਖਾਣਾ ਪੈਂਦਾ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਅਤੇ ਚਲੋ ਰਗੜਾ ਮਤਲਬ ਇਹ ਨਹੀਂ ਵੀ ਕੋਈ ਆਪਣੇ ਗਲਤ ਆ, ਇਹ ਲੋਕਾਂ ਵਾਸਤੇ ਕਰਦੇ ਹਾਂ, ਅਤੇ ਬੜੀ ਇਹ 'ਚ ਤਸੱਲੀ ਵੀ ਮਿਲਦੀ ਆ। ਬਟ ਇਹਦੇ ਨਾਲ ਦੂਜਾ ਪੱਖ ਇਹ ਆ ਜਿੱਥੇ ਸਾਨੂੰ ਹਰ ਵੇਲੇ ਪਬਲਿਕ ਦੇ ਵਿੱਚ ਰਹਿਣਾ ਪੈਂਦਾ, ਪਬਲਿਕ ਦੇ ਨਾਲ ਜੁੜ ਕੇ ਚੱਲਣਾ ਪੈਂਦਾ ਆ,
ਤੁਹਾਡੀ ਜਿਹੜੀ ਇੰਡੀਪੈਂਡੈਂਸ ਇਹਦੇ ਚ ਬਹੁਤ ਸਫਰ ਕਰਦੀ ਆ। ਅੱਛਾ, ਮੈਂ ਆਮ ਤੌਰ ਤੇ ਤੁਹਾਨੂੰ ਜਿੰਨਾ ਕਿ ਮੈਂ ਦੇਖਦਾ ਜਾਂ ਜਿੰਨਾ ਕਿ ਜਾਣਦਾ, ਤੁਹਾਡੀ ਰੁਟੀਨ ਲਗਾਤਾਰ ਲੱਗੀ ਰਹਿੰਦੀ ਆ ਲੋਕਾਂ ਦੇ, ਕਦੇ ਦੁੱਖ ਚ ਜਾਣਾ, ਕਦੇ ਖੁਸ਼ੀ ਚ ਜਾਣਾ, ਤੇ ਜਿਵੇਂ ਤੁਹਾਡੇ ਲਈ ਇੱਕ ਗੱਲ ਇਹ ਬਹੁਤ ਮਸ਼ਹੂਰ ਆ ਵੀ ਵੈਲ ਡਰੈਸ ਹੋ ਕੇ ਰਹਿੰਦੇ ਆ ਤੁਸੀਂ, ਬੜੇ ਪਿਆਰ ਪਿਆਰ ਹੋ ਕੇ ਹਰ ਵੇਲੇ, ਚਾਹੇ ਤੁਹਾਨੂੰ ਸ਼ਾਮ ਨੂੰ 8 ਵਜੇ ਮਿਲੀਏ ਤੇ ਚਾਹੇ ਸਵੇਰੇ 8 ਵਜੇ ਮਿਲੀਏ, ਤੇ ਇੱਕ ਫਿਜ਼ੀਕ ਨੂੰ ਲੈ ਕੇ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਆਪਣਾ ਖਿਆਲ ਰੱਖਦੇ ਆ ਵੀ ਗੱਲਾਂ ਤੇ ਲਾਲੀ ਅਜੇ ਵੀ ਪੂਰੀ ਜਵਾਨੀ ਅਰਕੀ ਹੈ, ਕੀ ਰੁਟੀਨ ਕੀ ਰਹਿੰਦੀ ਹੈ ਖਾਣ ਪੀਣ ਦੀ? ਸਰ ਇੱਦਾਂ ਜੀ, ਵੀ ਚਲੋ ਜਿਹੜੀ ਪਹਿਲਾਂ ਤੁਸੀਂ ਡਰੈਸਅਪ ਦੀ ਗੱਲ ਕੀਤੀ ਹੈ, ਸਾਰਾ ਚਲੋ ਆਪਣੀ ਹੈਬਿਟਸ ਹੁੰਦੀਆਂ ਨੇ ਜਾਂ ਬੰਦੇ ਦਾ ਸੁਭਾਅ ਬਣ ਜਾਂਦਾ ਜਾਂ ਚਲੋ ਇਹ ਕਹਿ ਲਓ ਕੈਰੈਕਟਰ ਹੈ ਆਪਣਾ, ਕੈਰੈਕਟਰ ਆ ਇਹ ਸਾਰਾ ਸਕੂਲ 'ਚੋਂ ਮਿਲਦਾ, ਸਕੂਲਿੰਗ 'ਚੋਂ। ਅਸੀਂ ਸਕੂਲਿੰਗ ਕੀਤੀ ਆ ਪਹਿਲਾਂ, ਚਲੋ ਜਿਹੜਾ ਸਾਡਾ ਨਰਸਰੀ ਸੀਗਾ, ਹੁਣ ਜੇ ਮੈਂ ਕਹਾਂ ਚਲੋ ਗੱਲ ਤਾਂ ਛੋਟੀ ਆ ਲੇਕਿਨ ਆਪਣੀ ਕਰਨੀ ਵੀ ਚਾਹੀਦੀ ਆ, ਜੇ ਹੁਣ ਤੁਹਾਡੇ ਵਰਗੇ ਸੱਜਣ ਆਏ ਆ ਤਾਂ ਅਸੀਂ ਪਹਿਲੀ ਸਾਡੀ ਜਿਹੜਾ ਸਕੂਲ ਦਾ ਸਾਡਾ ਪਹਿਲਾ ਜਿਹੜਾ ਸੀਗਾ ਕਹਿ ਲਓ ਆਪਣੇ ਸਾਲ, ਉਹ ਅਸੀਂ ਬੋਰਡਿੰਗ ਸਕੂਲ 'ਚ ਬਿਤਾਇਆ। ਪਹਿਲਾਂ ਉੱਥੇ ਪੜ੍ਹੇ ਹੈਂਪਟਨ ਕੋਟ ਮਸੂਰੀ 'ਚ, ਨਰਸਰੀ ਵੀ ਬੋਰਡਿੰਗ ਸਕੂਲ 'ਚ ਕੀਤੀ। ਛੋਟੇ ਛੋਟੇ ਸੀਗੇ, ਘਰਦਿਆਂ ਨੇ ਪੈਕ ਕਰਕੇ ਭੇਜ ਦੇਣਾ, 8-8, 9-9 ਮਹੀਨੇ ਉੱਥੇ ਰਹਿੰਦੇ ਸੀ ਦੇਖ ਲਓ, ਅਤੇ 9 ਮਹੀਨੇ ਬਾਅਦ ਛੁੱਟੀਆਂ ਹੁੰਦੀਆਂ 3 ਮਹੀਨੇ ਦੀਆਂ। ਹੁਣ ਤਾਂ ਰੂਟੀਨ ਬਦਲ ਗਿਆ, ਹਰ ਮਹੀਨੇ 2 ਮਹੀਨੇ ਬੱਚੇ ਘਰ ਆ ਜਾਂਦੇ ਆ। ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਹਾਇਰ ਐਜੂਕੇਸ਼ਨ 5ਵੀਂ ਤੋਂ ਬਾਅਦ ਅਸੀਂ ਕੀਤੀ ਪੰਜਾਬ ਪਬਲਿਕ ਸਕੂਲ ਨਾਭਾ, ਜਿਹੜਾ ਬਹੁਤ ਸਾਨੂੰ ਫਖਰ ਹੈ ਆਪਣੇ ਉਹਦੀ ਸਕੂਲਿੰਗ 'ਤੇ, ਬੜਾ ਮਾਣ ਆ। ਸੁਪਨੇ 'ਚ ਵੀ ਸਾਨੂੰ ਸਕੂਲ ਆਉਂਦਾ ਆ ਆਪਣੇ, ਯਾਦ ਆਉਂਦਾ ਬਹੁਤ। ਹਾਂ, ਹੈ ਤਾਂ ਫਿਰ ਉਹ ਸੀਗਾ ਨਾ ਵੀ ਰਿਆਸਤੀ ਸ਼ਹਿਰ ਆ, ਨਾਭੇ ਦੀ ਰਿਆਸਤ ਸੀਗੀ, ਰਾਜਾ ਰਿਪਦਮਨ ਸਿੰਘ ਬੜੇ ਆਪਣੇ ਵੱਡੇ ਉਹ ਖਾਨਦਾਨੀ ਆਪਣੇ ਰੋਇਲ ਫੈਮਿਲੀ 'ਚ ਹੋਏ। ਵੱਡੇ ਵਡਾਲਾ ਸਾਹਿਬ ਤੋਂ ਵੀ ਇਹ ਚੀਜ਼ਾਂ ਸਿੱਖੀਆਂ ਤੁਸੀਂ, ਡਿਸਿਪਲਿਨ, ਕਿਉਂਕਿ ਉਹਨਾਂ ਲਈ ਵੀ ਬਹੁਤ ਗੱਲ ਇਹ ਮਸ਼ਹੂਰ ਰਹੀ ਹੈ, ਖੈਰ ਮੈਂ ਉਹਨਾਂ ਨੂੰ ਦੇਖਿਆ ਤਾਂ ਇਹ ਨਹੀਂ, ਪਰ ਮੈਨੂੰ ਲੱਗਦਾ ਕਿ ਉਹਨਾਂ ਕੋਲੋਂ ਵੀ ਚੀਜ਼ਾਂ ਤੁਸੀਂ ਇਹ ਬਹੁਤ ਅਡੋਪਟ ਕੀਤੀਆਂ ਹੋਣਗੀਆਂ। ਉਹ ਤਾਂ ਜੀ ਦੇਖੋ ਆਪਣੇ ਬਜ਼ੁਰਗਾਂ ਕੋਲ ਤਾਂ ਆਪਾਂ ਸਭ ਕੁਛ ਹੀ ਉਹਨਾਂ ਕੋਲ ਆਪਾਂ ਨੂੰ ਮਿਲਦਾ ਆ, ਅਤੇ ਉਹਨਾਂ ਉਹ ਆਪਣੇ ਲਈ ਬੜੇ ਵੱਡੇ ਰੋਲ ਮਾਡਲ ਹੁੰਦੇ ਆ। ਅਤੇ ਅਸੀਂ ਜਿਹੜੀ ਪੋਲੀਟਿਕਸ ਦੀ ਗੱਲ ਜੇ ਕਹੀਏ, ਲੋਕਾਂ 'ਚ ਵਿਚਰਨਾ, ਕਿਵੇਂ ਗੱਲਬਾਤ ਕਰਨੀ ਜਾਂ ਕਿਵੇਂ ਆਪਣੇ ਆਪ ਨੂੰ ਲੋਕਾਂ 'ਚ ਲੈ ਕੇ ਜਾਣਾ, ਇਹ ਸਾਰੀ ਚਾਹੇ ਨਿਮਰਤਾ ਕਹਿ ਲਓ, ਹਲੀਮੀ ਕਹਿ ਲਓ ਜਾਂ ਪਬਲਿਕ ਦੇ ਨਾਲ ਖੜ ਕੇ ਉਹਨਾਂ ਵਾਂਗੂ ਰਹਿਣਾ, ਆਪਣੇ ਆਪ 'ਚ ਕੋਈ ਫਰਕ ਨਹੀਂ ਸਮਝਣਾ ਵੀ ਅਸੀਂ ਕੋਈ ਨਾ ਵੱਖਰੇ ਹਾਂ, ਫਰਕ ਹੁੰਦਾ ਵੀ ਕੋਈ ਨੀਗਾ। ਚਾਹੇ ਬੰਦਾ ਜਿਹੜਾ ਮਰਜ਼ੀ ਕੋਈ ਵੱਡਾ ਬਣ ਜਾਵੇ, ਆਪਣੇ ਅਹੁਦੇਦਾਰ ਹੋਵੇ ਜਾਂ ਪੋਲੀਟੀਸ਼ੀਅਨ ਜਾਂ ਕੋਈ ਮਿਨਿਸਟਰ ਬਣੇ ਜਾਂ ਮੁੱਖ ਮੰਤਰੀ ਬਣੇ, ਹੈਗਾ ਤਾਂ ਸਧਾਰਨ ਹੀ ਆ ਨਾ ਜੀ, ਆਖਰ ਆਲ ਉਹ ਵੀ ਆਮ ਵਿਅਕਤੀ ਵਰਗਾ ਹੀ ਆ। ਇਹ ਗੱਲਾਂ ਸਾਰੀਆਂ ਆਪਣੇ ਬਜ਼ੁਰਗਾਂ ਤੋਂ ਸਿੱਖੀਆਂ। ਪੋਲੀਟਿਕਸ ਦਾ ਜਿਹੜਾ ਫੰਡਾਮੈਂਟਲ ਅਸੂਲ ਨੇ ਉਹ ਅਸੀਂ ਬਜ਼ੁਰਗਾਂ ਤੋਂ ਲਏ। ਅਤੇ ਬਾਕੀ ਜਿਹੜੀ ਤੁਸੀਂ ਸਿਹਤ ਦੀ ਗੱਲ ਕੀਤੀ ਹੈ, ਇਹ ਵੀ ਮੈਂ ਕਹਿਣਾ ਚਾਹੁੰਦਾ ਬਹੁਤ ਚੰਗੀ ਗੱਲ ਆ, ਹਰ ਇੱਕ ਨੂੰ ਆਪਣੀ ਸਿਹਤ ਚਾਹੀਦੀ ਆ। ਕਈ ਵਾਰੀ ਦੇਖਦੇ ਹਾਂ ਵੀ ਕਈ ਢਿੱਡੋਂ ਨਿਕਲ ਜਾਂਦੇ ਆ ਅਤੇ ਨਹੀਂ ਬਹੁਤਾ ਧਿਆਨ ਕਰਦੇ, ਚਲੋ ਇਹ ਵੈਸੇ ਤਾਂ ਇਹ ਕੁਦਰਤੀ ਕਰਦੇ ਜੀ, ਜੋਗਿੰਗ ਵੀ ਕਰਦੇ ਆ, ਸਾਈਕਲਿੰਗ ਵੀ ਕਰਦੇ ਆ ਜੋ ਟਾਈਮ ਮਿਲਦਾ ਆ। ਚਲੋ ਹੁਣ ਜਿੱਦਾਂ ਤੁਸੀਂ ਕਹਿ ਲਿਆ ਵੀ ਸਾਨੂੰ ਸਿਆਸਤ ਵਿੱਚ ਐਤਕੀ ਸਾਨੂੰ ਮੌਕਾ ਨਹੀਂ ਮਿਲਿਆ ਤੇ ਸਾਨੂੰ ਟਾਈਮ ਵੱਧ ਮਿਲ ਗਿਆ, ਪਰ ਜਿੰਨਾ ਦੇਣਾ ਚਾਹੀਦਾ ਹਜੇ ਵੀ ਸਾਡੇ ਤੋਂ ਦੇ ਨਹੀਂ ਹੁੰਦਾ। ਲੇਕਿਨ ਇਹ ਫਰੀ ਟਾਈਮ ਜਾਂ ਜਿਹੜਾ ਐਕਸਟਰਾ ਟਾਈਮ ਆਪਣੇ ਕੋਲ ਹੈਗਾ, ਇਹ ਹਰ ਇੱਕ ਨੂੰ ਯੂਟੀਲਾਈਜ਼ ਕਰਨਾ ਚਾਹੀਦਾ ਆਪਣੇ ਉਹਦੀ ਬੋਡੀ ਲਈ, ਆਪਣੀ ਸਿਹਤ ਲਈ ਤੇ ਆਪਣੇ ਪਰਿਵਾਰ ਲਈ। ਅਸੂਲਾਂ ਦੀ ਗੱਲ ਕੀਤੀ ਤੁਸੀਂ ਸ਼ੁਰੂ ਤੋਂ, ਸਿਆਸਤ ਦੇ ਵਿੱਚ ਵੀ ਆਪਣੇ ਅਸੂਲਾਂ ਨੂੰ ਕਾਇਮ ਰੱਖਿਆ, ਪਿੱਛੇ ਜੇ ਤੁਹਾਡੀ ਪਾਰਟੀ ਦੇ ਨਾਲ ਹੀ ਇਸੇ ਅਸੂਲਾਂ ਦੇ ਖਾਤਰ ਹੀ ਥੋੜ੍ਹੀ ਜਿਹੀ ਵਿਗੜ ਵੀ ਗਈ ਸੀਗੀ, ਖੈਰ ਉਹ ਮੁੜ ਕੇ ਸਾਰਾ ਕੁਝ ਸੰਭਾਲ ਲਿਆ ਗਿਆ, ਤਾਂ ਅਜੇ ਵੀ ਫਿਰ ਅਸੂਲ ਆਪਣੇ ਕਾਇਮ ਰੱਖਦੇ ਹੋ, ਜਿੱਥੇ ਗਲਤ ਹੈ ਉੱਥੇ ਗਲਤ ਹੈ? ਦੇਖੋ ਜੀ, ਆਪਣੇ ਨਾ ਇੱਕ ਹਰ ਵਿਅਕਤੀ ਦੀ ਇੱਕ ਸੋਚ ਹੁੰਦੀ ਆ, ਇਹ ਸੋਚ ਬਦਲਦੀ ਨਹੀਂ ਛੇਤੀ ਕਿਤੇ। ਅਤੇ ਜੇ ਆਪਾਂ ਪਾਰਟੀਆਂ ਦੀ ਗੱਲ ਕਰੀਏ, ਉਹ ਆਏ ਦੀ ਵਿਚਾਰਧਾਰਾ, ਉਹ ਸੋਚ ਹੈਗੀ ਵਿਚਾਰਧਾਰਾ, ਆਈਡੀਓਲੋਜੀ ਆਪਣੀ ਆ। ਇਹ ਵੀ ਆਈਡੀਓਲੋਜੀ ਸਾਨੂੰ ਚਲੋ ਆਪਣੀ ਹਿਸਟਰੀ ਤੋਂ ਮਿਲੀ ਹੈ, ਸਿੱਖ ਹਿਸਟਰੀ ਤੋਂ ਪ੍ਰਾਪਤ ਹੋਈ ਆ। ਫਿਰ ਆਪਣੇ ਵੱਡੇ ਵਡੇਰਿਆਂ ਨੂੰ ਕੰਮ ਕਰਦੇ ਦੇਖਿਆ, ਉਹਨਾਂ ਦੀ ਸੋਚ ਨੂੰ ਦੇਖਿਆ, ਉਹ ਸਾਰੀਆਂ ਗੱਲਾਂ ਇਹ ਸਿੱਖਿਆ ਉਹਨਾਂ ਤੋਂ ਆਪਾਂ ਨੂੰ ਪਾਸਨ ਹੋਈ ਆ, ਇੱਕ ਤਰ੍ਹਾਂ ਦੀ ਹੈਰੀਟੇਜ ਵਿਰਸੇ 'ਚ ਮਿਲੀ ਆ। ਸੋ ਉਹ ਜਿਹੜਾ ਵਿਰਸਾ ਆ ਉਹਨੂੰ ਆਪਾਂ ਸਾਰਿਆਂ ਨੂੰ, ਉਹ ਆਪਾਂ ਸਾਰੇ ਸੰਭਾਲ ਕੇ ਰੱਖਦੇ ਉਹਨੂੰ। ਪਾਰਟੀ ਨਾਲ ਕੋਈ ਮਤਭੇਦ ਨਹੀਂ ਸੀਗਾ, ਠੀਕ ਆ, ਗੱਲ ਕਰਦੇ ਲੋਕਾਂ ਦੀ, ਜੋ ਲੋਕ ਚਾਹੁੰਦੇ ਆ ਵੀ ਪਾਰਟੀ ਇਸ ਤਰੀਕੇ ਨਾਲ ਚੱਲੇ ਜਾਂ ਅਕਾਲੀ ਦਲ ਇੱਦਾਂ ਦੇ ਫੈਸਲੇ ਲਵੇ ਜਾਂ ਲੀਡਰਸ਼ਿਪ ਨੂੰ ਇਸ ਆਪਣੇ ਏਜੰਡੇ 'ਤੇ ਖੜਾ ਹੋਣਾ ਚਾਹੀਦਾ ਆ, ਅਸੀਂ ਉਹ ਲੋਕਾਂ ਦੀ ਗੱਲ ਹੀ ਕਰਦੇ ਹਾਂ ਪਾਰਟੀ ਕੋਲ ਜਾ ਕੇ। ਹੋਰ ਕੋਈ ਆਪਣੇ ਇੱਦਾਂ ਦੀ ਗੱਲ ਨਹੀਂ, ਕੋਈ ਨਿੱਜੀ ਹੈ ਨਹੀਂ ਗੀ,
ਕੋਈ ਸਾਡਾ ਨਿੱਜੀ ਆਪਣਾ ਕੋਈ ਇੱਦਾਂ ਦੀ ਵਿਚਾਰਧਾਰਾ ਸੋਚ ਨਹੀਂ ਹੈ। ਇਹ ਤਾਂ ਪੰਥਕ ਵਿਚਾਰਧਾਰਾ ਲੋਕਾਂ ਦੇ ਭਲੇ ਵਾਸਤੇ ਅਤੇ ਜੋ ਪੰਜਾਬ ਦੇ ਲੋਕ ਜਾਂ ਜਿਹੜੇ ਪੰਥਕ ਬੇਸ ਆ ਉਹ ਕੀ ਚਾਹੁੰਦਾ ਆ ਉਹਨੂੰ ਲੈ ਕੇ ਅਸੀਂ ਆਪਣੀ ਆਵਾਜ਼ ਉਠਾਈ ਆ। ਅਤੇ ਅਸੂਲ ਕਹਿ ਲਓ ਅਤੇ ਸਿਧਾਂਤ ਕਹਿ ਲਓ ਜਾਂ ਆਪਣਾ ਜਿਹੜਾ ਹੈਗਾ ਵਿਰਸਾ ਕਹਿ ਲਓ ਉਹਦੇ 'ਤੇ ਹਰ ਇੱਕ ਨੂੰ ਖੜ੍ਹੇ ਹੋਣਾ ਚਾਹੀਦਾ, ਹਰ ਇੱਕ ਨੂੰ ਉੱਤੇ ਪਹਿਰਾ ਦੇਣਾ ਚਾਹੀਦਾ। ਤੁਸੀਂ ਗੱਲ ਕੀਤੀ ਸੀ ਜਿਹੜੀ ਵਿਚਾਰਧਾਰਾ ਦੀ ਤੁਸੀਂ ਗੱਲ ਕੀਤੀ ਸੀਗੀ, ਤੁਹਾਨੂੰ ਲੱਗਦਾ ਕਿ ਹੁਣ ਉਹ ਪਾਰਟੀ ਦੇ ਵਿੱਚ ਵਿਚਾਰਧਾਰਾ ਉਹ ਵਾਲੀ ਅਡੋਪਟ ਕੀਤੀ ਜਾ ਰਹੀ ਹੈ? ਦੇਖੋ ਬੜੀ ਹੁਣ ਤਾਂ ਪਰਪੱਕ ਹੋ ਕੇ ਬੜੀ ਮਜ਼ਬੂਤ ਹੋ ਕੇ ਲੋਕਾਂ ਦੇ ਸਾਹਮਣੇ ਆਈ ਹੈ ਗੱਲ ਇਹ ਵੀ ਅਕਾਲੀ ਦਲ ਇੱਕ ਚੁਰਾਹੇ 'ਤੇ ਖੜ੍ਹਾ ਸੀਗਾ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋ ਫੈਸਲਾ ਪੰਜਾਬ ਦੇ ਲੋਕ ਚਾਹੁੰਦੇ ਸੀਗੇ, ਪੰਥਕ ਸਫਾਂ ਚਾਹੁੰਦੀਆਂ ਸੀਗੀਆਂ ਜਾਂ ਜੋ ਫੈਸਲਾ ਲੈਣ ਦਾ ਹੱਕ ਬਣਦਾ ਸੀ ਅਕਾਲੀ ਦਲ ਦਾ, ਉਹਨਾਂ ਨੇ ਸਹੀ ਮੌਕੇ 'ਤੇ ਸਹੀ ਫੈਸਲਾ ਲਿਆ। ਅਤੇ ਉਹੀ ਗੱਲ ਹੁਣ ਅੱਜ ਸਾਰਾ ਨੈਰੇਟਿਵ ਕਹਿ ਲਓ ਜਾਂ ਸਾਰਾ ਜਿਹੜੀ ਆਪਣੇ ਪ੍ਰਤੀਕਰਮ ਕਹਿ ਲਓ ਜਾਂ ਜਿੰਨੇ ਵੀ ਆਪਣੇ ਰਿਐਕਸ਼ਨ ਆਇਆ ਆ ਉਹ ਕਹਿ ਲਓ ਜਾਂ ਲੋਕਾਂ ਦੇ ਜਿਹੜੇ ਆਪਣੇ ਆ ਰਹੇ ਨੇ ਸੁਨੇਹੇ ਆ ਰਹੇ ਨੇ ਉਹ ਸਾਰੇ ਬਹੁਤ ਚੰਗੇ ਨੇ। ਉਹ ਕਹਿ ਰਹੇ ਆ ਕਿ ਅਕਾਲੀ ਦਲ ਨੇ ਜੋ ਵੀ ਇਹ ਆਪਣਾ ਫੈਸਲਾ ਲਿਆ, ਜੋ ਅਕਾਲੀ ਦਲ ਨੇ ਕਿਹਾ ਆਖਿਆ ਬਹੁਤ ਸਹੀ ਆਖਿਆ, ਇਹ ਅਕਾਲੀ ਦਲ ਦਾ ਇਹੀ ਕਹਿਣਾ ਬਣਦਾ ਸੀਗਾ। ਸੋ ਇਸ ਗੱਲ ਦੀ ਲੋਕਾਂ ਨੂੰ ਬਹੁਤ ਤਸੱਲੀ ਹੋਈ ਵੀ ਅਕਾਲੀ ਦਲ ਮੁੜ ਦੁਆਰਾ ਆਪਣੇ ਸਿਧਾਂਤਕ ਪਿਛੋਕੜ ਵੱਲ ਜਾ ਕੇ ਹੁਣ ਆਪਣੇ ਅਸੂਲਾਂ ਤੇ ਆਪਣੇ ਏਜੰਡੇ ਤੇ ਖੜਾ ਹੋ ਗਿਆ। ਇਹ ਲੋਕਾਂ ਦੇ ਵਿੱਚ ਨਾ ਆਮ ਇੱਕ ਚਰਚਾ ਰਹੀ ਹੈ ਵੀ ਸੁਖਬੀਰ ਸਿੰਘ ਬਾਦਲ ਹੀ ਕਿਉਂ ਪ੍ਰਧਾਨ ਰਹਿੰਦੇ ਨੇ ਜਾਂ ਉਹਨਾਂ ਨੂੰ ਕਿਉਂ ਪ੍ਰਧਾਨਗੀ ਜਿਹੜੀ ਆ ਦਿੱਤੀ ਜਾਂਦੀ ਹੈ? ਤੁਸੀਂ ਵੀ ਇਸ ਚੀਜ਼ ਦੇ ਉੱਪਰ ਇਤਰਾਜ਼ ਜਤਾਇਆ ਸੀ ਪਿਛਲੇ ਦਿਨਾਂ ਦੇ ਵਿੱਚ, ਤੁਸੀਂ ਨਿੱਜੀ ਰੂਪ ਦੇ ਵਿੱਚ ਮਹਿਸੂਸ ਕਰਦੇ ਹੋ ਵੀ ਲੋਕ ਰਾਏ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਹਿੰਦੀ ਹੈ ਵੀ ਮੌਕੇ ਜਿਹੜੇ ਉਹ ਹਰ ਕਿਸੇ ਨੂੰ ਦੇਣੇ ਚਾਹੀਦੇ? ਦੇਖੋ ਇਹ ਗੱਲ ਨਹੀਂ, ਮੈਂ ਅਸੀਂ ਕੋਈ ਇੱਦਾਂ ਦੀ ਗੱਲ ਨਹੀਂ ਕਹੀ ਨਿੱਜੀ ਤੌਰ 'ਤੇ। ਸਰਦਾਰ ਸੁਖਬੀਰ ਸਿੰਘ ਬਾਦਲ ਬੜੇ ਸਤਿਕਾਰਯੋਗ ਆਪਣੇ ਸਾਡੇ ਅਕਾਲੀ ਦਲ ਦੇ ਪ੍ਰਧਾਨ ਆ, ਬਹੁਤ ਵੱਡਾ ਪਰਿਵਾਰ ਆ ਆਪਣੇ ਬਾਦਲ ਪਰਿਵਾਰ, ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਹਰ ਖੇਤਰ ਵਿੱਚ। ਲੇਕਿਨ ਜਿਵੇਂ ਜਿਵੇਂ ਸਮਾਂ ਚੱਲਦਾ ਆ ਜੇ ਆਪਾਂ ਸਮੇਂ ਦੇ ਨਾਲ ਨਾ ਚੱਲੀਏ ਤਾਂ ਫਿਰ ਆਪਾਂ ਵੀ ਕਿਤੇ ਗੁਨਾਹਗਾਰ ਬਣ ਜਾਂਦੇ ਹਾਂ। ਅਤੇ ਇਹ ਗੱਲ ਸੀਗੀ ਵੀ ਮਤਲਬ 2022 ਤੋਂ ਬਾਅਦ ਇਹ ਗੱਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਸੀ ਵੀ ਆਪਾਂ ਕੁਛ ਨਾ ਕੁਛ ਪਛਤਾਪ ਕਰਕੇ ਕੁਛ ਆਪਾਂ ਇਹ 'ਤੇ ਆਪਣੀ ਗੌਰ ਕਰਕੇ ਆਪਾਂ ਮਤਲਬ ਉਹ ਕੋਈ ਫੈਸਲਾ ਲਈਏ ਜਿਹੜੇ ਲੋਕ ਚਾਹੁੰਦੇ ਆ। ਪਰ ਉਹਦਾ ਕੋਈ ਐਸੀ ਗੱਲ ਨਹੀਂ, ਕੋਈ ਆਪਣੇ ਕਿਸੇ ਦੇ ਵਿਰੁੱਧ ਨਹੀਂ ਕੋਈ ਗੱਲ, ਕਿਸੇ ਦੇ ਨਾਲ ਕੋਈ ਦੌੜ 'ਚ ਨਹੀਂ ਹੈਗੇ ਅਸੀਂ। ਪਰ ਜੇ ਲੋਕ ਚਾਹੁੰਦੇ ਸੀਗੇ ਅਸੀਂ ਉਹ ਜਿਹੜੀ ਗੱਲ ਆਪਣੀ ਪਾਰਟੀ ਦੇ ਆਪਣੇ ਫੋਰਮ 'ਚ ਰੱਖੀ। ਅੱਛਾ, ਅਕਾਲੀ ਦਲ ਦੇ ਲੀਡਰਾਂ ਲਈ ਬਹੁਤ ਇੱਕ ਗੱਲ, ਪਹਿਲੇ ਜਿਹੜੇ ਲੀਡਰ ਹੋਏ ਨੇ ਉਹਨਾਂ ਲਈ ਤਾਂ ਲੋਕ ਐਗਜ਼ੈਂਪਲਾਂ ਦਿੰਦੇ ਰਹੇ ਨੇ, ਚਾਹੇ ਉਹ ਤੁਸੀਂ ਕੌੜਾ ਸਾਹਿਬ ਦੀ ਗੱਲ ਕਰ ਲਓ, ਚਾਹੇ ਤੁਸੀਂ ਲੌਂਗੋਵਾਲ ਸਾਹਿਬ ਦੀ ਗੱਲ ਕਰ ਲਓ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੀਆਂ ਵੀ ਬਹੁਤ ਵੱਡੀਆਂ ਐਗਜ਼ੈਂਪਲਾਂ ਦਿੰਦੇ ਰਹੇ ਨੇ ਵੀ ਉਹਨਾਂ ਨੇ ਪੰਜਾਬ ਲਈ ਜਾਂ ਪੰਜਾਬ ਦੇ 5 ਵਾਰੀ ਦੇ ਮੁੱਖ ਮੰਤਰੀ ਰਹੇ ਨੇ। ਮੈਨੂੰ ਯਾਦ ਆ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ ਇੱਕ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਡੈਥ ਹੋਈ ਸੀਗੀ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ, ਮੈਂ ਤੁਹਾਨੂੰ ਇਹ ਪੁੱਛਿਆ ਸੀ ਕਿ ਲੀਡਰਸ਼ਿਪ ਇਹੋ ਜਿਹੀ ਹੁਣ ਗਾਂਹ ਆ ਸਕਦੀ ਹੈ? ਤੁਸੀਂ ਕਿਹਾ ਸੀਗਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਨਹੀਂ ਆ ਸਕਦਾ ਅਤੇ ਨਾ ਹੀ ਅਕਾਲੀ ਦਲ 'ਚ ਕੋਈ ਪੈਦਾ ਹੋ ਸਕਦਾ। ਤੁਸੀਂ ਮਹਿਸੂਸ ਕਰਦੇ ਹੋ ਵੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਬਾਈ ਦੀ ਸਥਿਤੀ ਹੋਈ, ਉਹ ਵੀ ਹਾਫ ਵੀ ਹਾਰੇ, ਤਾਂ ਉਹ ਉਹਦੇ ਉਹਦੇ ਵਿੱਚ ਬਹੁਤ ਘਾਟਾ ਉਹਨਾਂ ਦਾ ਜਾਣ ਤੋਂ ਬਾਅਦ ਪਿਆ ਅਤੇ ਲੀਡਰ ਉਹੋ ਜਿਹੇ ਨਹੀਂ ਬਣ ਪਾਏ? ਇੱਦਾਂ ਜੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਜੈਦਰ ਗੁਰਚੰਦ ਸਿੰਘ ਟੌੜਾ ਜੀ ਜਾਂ ਉਸ ਤੋਂ ਪਹਿਲਾਂ ਜਿਹੜੀ ਆਪਣੇ ਸਿੱਖ ਪੰਥ ਦੀ ਲੀਡਰਸ਼ਿਪ ਸੀਗੀ ਉਹਨਾਂ ਬਹੁਤ ਵੱਡੇ ਕੱਦ ਦੇ ਲੀਡਰ ਸਨ। ਉਹ ਉਹਨਾਂ ਨੇ ਉਮਰਾਂ ਲਾਈਆਂ ਸੀ ਆਪਣੀਆਂ ਲੋਕਾਂ ਵਾਸਤੇ ਪੰਥਕ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਅਤੇ ਪੰਥ ਵਾਸਤੇ ਅਤੇ ਸਮੁੱਚੇ ਪੰਜਾਬੀਆਂ ਲਈ ਪੰਜਾਬ ਲਈ ਬਹੁਤ ਕੁਛ ਕੀਤਾ ਉਹਨਾਂ ਨੇ। ਬਾਦਲ ਸਾਹਿਬ ਦਾ ਸਿਆਸਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਸੀ, ਇੰਨਾ ਕਿਸੇ ਦਾ ਹੋਇਆ ਨਹੀਂ ਹੁਣ ਤੱਕ, ਨਾ ਸ਼ਾਇਦ ਹੋਣਾ ਆ। ਟੌੜਾ ਸਾਹਿਬ ਦਾ ਧਾਰਮਿਕ ਖੇਤਰ 'ਚ ਐਡਾ ਵੱਡਾ ਯੋਗਦਾਨ ਸੀਗਾ ਵੀ ਇੰਨੀ ਵਾਰੀ 27 ਸਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਇੰਨੇ ਔਖਿਆ ਸਮਿਆਂ 'ਚ ਲੰਘੇ, ਓਪਰੇਸ਼ਨ ਬਲੂ ਸਟਾਰ ਵੀ ਹੋਇਆ, ਤਾਂ ਵੀ ਆਪਣੇ ਡਟ ਕੇ ਰਹੇ ਉਹ। ਉਹਨਾਂ ਨੇ ਇਸ ਲੀਡਰਸ਼ਿਪ ਨੇ ਦਿੱਲੀ ਅੱਗੇ ਆਪਣਾ ਨਹੀਂ ਕਹਿ ਲਓ ਚੁੱਕੇ ਨਹੀਂ ਉਹ। ਸੋ ਇਹ ਤਾਂ ਫਿਰ ਮੈਂ ਕਹੂੰਗਾ ਕਿ ਉਹਨਾਂ ਦਾ ਜਿਹੜਾ ਜੀਵਨ ਆ ਉਹ ਤਾਂ ਆਪਣੇ ਲਈ ਬੜਾ ਵੱਡਾ ਪ੍ਰੇਰਣਾ ਸਰੋਤ ਆ। ਉਹ ਫਿਰ ਆਪਣੇ ਵਾਸਤੇ ਬਹੁਤ ਵੱਡੀ ਇੱਕ ਐਗਜ਼ਾਮਪਲ ਛੱਡ ਕੇ ਗਏ ਆ, ਜਿਵੇਂ ਕਹਿ ਦਈਏ ਬਾਰ ਬਹੁਤ ਉੱਚਾ ਆ,
ਉਹਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ। ਆਪਣੇ ਆਪ ਨੂੰ ਸਾਰੀ ਉਮਰ ਸਮਰਪਿਤ ਕਰਕੇ ਤੇ ਆਪਣੇ ਸਿਰ ਸਿੱਟ ਕੇ ਕੰਮ ਕਰਨਾ ਪਊਗਾ ਤਾਂ ਹੀ ਕੋਈ ਲੀਡਰ ਉੱਥੇ ਪਹੁੰਚ ਸਕਦਾ ਆ। ਪਰ ਉਹ ਫਿਰ ਇਹ ਵੀ ਨਾਲ ਆ ਜਾਂਦੀ ਵੀ ਜਨਰੇਸ਼ਨ ਚੇਂਜ ਵਿੱਚ ਜਦੋਂ ਪੀੜ੍ਹੀ ਬਦਲ ਜਾਂਦੀ ਆ, ਜੋ ਆਪਣੇ ਬਜ਼ੁਰਗ ਕਰ ਗਏ, ਜੋ ਹੁਣ ਮੈਂ ਆਪਣੇ 'ਤੇ ਲਾਉਣਾ, ਜੇ ਬਡਾਲਾ ਸਾਹਿਬ ਕਰ ਗਏ ਅਸੀਂ ਨਹੀਂ ਕਰ ਸਕਦੇ। ਸੋ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਯੋਗਦਾਨ ਆ, ਉਹ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਇੱਕ ਅਕਾਲੀ ਦਲ ਦੇ ਲੀਡਰ ਨੂੰ, ਜਾਂ ਜਿਹੜਾ ਵੀ ਕੋਈ ਸੁਹਿਰਦ ਕਿਸੇ ਪਾਰਟੀ ਦਾ ਲੀਡਰ ਆ, ਜਿਵੇਂ ਉਹ ਵਿਚਰੇ ਆ, ਜਿਵੇਂ ਉਹਨਾਂ ਨੇ ਆਪਣਾ ਤਲਕਾਤ ਬਣਾ ਕੇ ਰੱਖੇ ਸਾਰਿਆਂ ਨਾਲ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਿਸਾਲ ਆ। ਮੈਂ ਇਸ ਕਰਕੇ ਗੱਲ ਕੀਤੀ ਕਿ ਆਮ ਇਹ ਗੱਲ ਰਹਿੰਦੀ ਹੈ ਕਿ ਜਿਹੜੇ ਅਕਾਲੀ ਦਲ ਕੋਲੋਂ ਲੀਡਰਸ਼ਿਪ ਇੰਨੀ ਤਗੜੀ ਹੁੰਦੀ ਸੀਗੀ, ਜਿਹੜੀ ਹੁਣ ਅਗਲੀ ਜਨਰੇਸ਼ਨ ਆਈ ਹੈ ਉਹਨਾਂ ਕੋਲ ਉਹ ਚੀਜ਼ ਗ੍ਰੈਪ ਨਹੀਂ ਕੀਤੀ ਜਾ ਰਹੀ, ਤਾਂ ਕਰਕੇ ਅਕਾਲੀ ਦਲ ਬਹੁਤ ਪਿੱਛੇ ਰਹਿ ਗਿਆ। ਇਹ ਤਾਂ ਇਕੱਲੇ ਅਕਾਲੀ ਦਲ 'ਚ ਨਹੀਂਗਾ ਜੀ, ਇਹ ਓਵਰਆਲ ਮੈਂ ਤੁਹਾਨੂੰ ਫੇਰ ਕਿਹਾ ਨਾ, ਜਨਰੇਸ਼ਨਲ ਚੇਂਜ ਆ। ਆਮ ਆਦਮੀ ਪਾਰਟੀ ਦੇ ਸਾਰੇ ਮੁੰਡੇ ਨਵੇਂ ਨੇ। ਨਹੀਂ, ਉਹ ਤਾਂ ਜੀ ਇੱਕ ਸੀਗੀ ਬਹੁਤ ਵੱਡੀ ਲਹਿਰ ਸੀ ਉਹਨਾਂ ਦੀ, ਜਿੰਨੀ ਲਹਿਰ ਉਹਨਾਂ ਦੀ ਬਣੀ ਆ ਉਨੀ ਤੇਜ਼ੀ ਨਾਲ ਉਹ ਲਹਿਰ ਆਪਣੇ ਟੁੱਟ ਗਈ, ਲਹਿਰ ਡਿੱਗ ਗਈ। ਉਹ ਤਾਂ ਚਲੋ ਉਹਨਾਂ ਨੇ ਪੰਜਾਬੀਆਂ ਨੇ ਵੋਟਾਂ ਪਾਈਆਂ ਕਿਸੇ ਨੂੰ ਹਰਾਉਣ ਲਈ, ਚਾਹੇ ਅਕਾਲੀ ਦਲ ਨੂੰ ਹਰਾਇਆ, ਕਾਂਗਰਸ ਨੂੰ ਹਰਾਇਆ, ਤਾਂ ਉਹਨਾਂ ਕੋਲ ਇੱਕੋ ਸੀਗਾ ਆਪਣਾ ਆਪਸ਼ਨ, ਉਹ ਸੀਗਾ ਆਮ ਆਦਮੀ ਪਾਰਟੀ। ਉਹ ਕੋਈ ਮਤਲਬ ਉਹ ਕਿਹੜਾ ਕੋਈ ਕੰਮ ਕਰਕੇ ਆਏ ਆ, ਉਹ ਤਾਂ ਹਰ ਇੱਕ ਨੂੰ ਮੌਕਾ ਮਿਲ ਗਿਆ, ਚਾਹੇ ਕਿਸੇ ਦੇ ਪਰਚੇ ਸੀਗੇ, ਚਾਹੇ ਕਿਸੇ ਦਾ ਬੈਕਗ੍ਰਾਊਂਡ ਕ੍ਰਿਮੀਨਲ ਸੀਗਾ, ਜਾਂ ਕਿਸੇ ਦਾ ਕੋਈ ਤਜਰਬਾ ਨਹੀਂ ਸੀ, ਅਨਾੜੀ ਸੀ ਕੋਈ, ਕੋਈ ਆਪਣੇ ਕਹਿ ਲਓ ਪਹਿਲੀ ਵਾਰੀ ਉਹਨੇ ਸਿਆਸਤ ਦੇ ਆਪਣੇ ਪੌਡੇ 'ਚ ਪੈਰ ਰੱਖਿਆ, ਉਹ ਵੀ MLA ਬਣ ਗਿਆ। ਉਹ ਤਾਂ ਇੱਕ ਬਹੁਤ ਜੱਗੋਂ ਔਰ ਹੀ ਗੱਲ ਹੋਈ ਆ ਜਿਹੜੀ ਪੰਜਾਬ ਨੇ ਫੈਸਲਾ ਲਿਆ 2022 ਦਾ। ਪਰ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੀ ਘਾਟ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਘਾਟ ਤਾਂ ਨਹੀਂ ਹੁੰਦੀ ਲੀਡਰਸ਼ਿਪ ਤਾਂ ਕਿਸੇ ਆਪਣੇ ਮੌਕੇ 'ਤੇ, ਆਪਾਂ ਜੇ ਕਹੀਏ ਘਾਟ ਆ ਫਿਰ ਤਾਂ ਆਪਣੇ 'ਚ ਕਮਜ਼ੋਰੀ ਦਿਸੂਗੀ, ਘਾਟ ਵਾਲੀ ਗੱਲ ਨਹੀਂ ਕੋਈ। ਪਰ ਲੀਡਰਸ਼ਿਪ ਨੂੰ ਸਮੇਂ ਦੇ ਹਾਣੀ ਬਣ ਕੇ ਉਸ ਵਕਤ ਦੇ ਮੁਤਾਬਕ ਆਪਣਾ ਜਿਹੜਾ ਹੈਗਾ ਖੜ੍ਹੇ ਹੋਣਾ ਚਾਹੀਦਾ, ਅਤੇ ਉਹ ਜਿਹੜੇ ਫੈਸਲੇ ਜਾਂ ਗੱਲਾਂ ਉਹ ਕਰਨੀਆਂ ਚਾਹੀਦੀਆਂ ਜੋ ਲੋਕ ਚਾਹੁੰਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ ਆ, ਉਹ ਦੇਖੋ ਕਿੰਨੀ ਮਿਹਨਤ ਕਰਦੇ ਉਹ, ਕਿੱਦਾਂ ਹੁਣ ਆ ਪੰਜਾਬ ਬਚਾਓ ਯਾਤਰਾ ਆ, ਕਿੰਨਾ ਜ਼ੋਰ ਨਾਲ ਲੱਗੇ ਆ। ਮਤਲਬ ਉਹ ਇੱਕ ਲੀਡਰ ਤਾਂ ਇਹੀ ਹੁੰਦਾ ਨਾ ਵੀ ਜਿਹੜਾ ਮੁੜੇ ਲੀਡ ਕਰੇ, ਅਤੇ ਪਿੱਛੇ ਸਾਰੇ ਉਹਦੀ ਜਿਹੜੀ ਫੌਜ ਨਾਲ ਉਹਦੇ ਚੱਲੇ ਨਾਲ, ਅਤੇ ਆਪਣੀ ਫੌਜ ਨੂੰ ਨਾਲ ਲੈ ਕੇ ਚੱਲੇ ਸਾਰੀ ਨੂੰ, ਅਤੇ ਮਤਲਬ ਫਿਰ ਪੰਥਕ ਏਕਤਾ ਵੀ ਕਰ ਲਈ। ਹੁਣ ਠੀਕ ਆ, ਕਈ ਵਾਰੀ ਆਪਣੇ ਗੁੱਸੇ ਗਿੱਲੇ ਆਉਂਦੇ ਆ ਆਪਣੇ ਇਹਦੇ 'ਚ ਪਾਰਟੀਆਂ 'ਚ, ਅਕਾਲੀ ਦਲ ਦੀ ਹਿਸਟਰੀ ਦਰਸਾਉਂਦੀ ਆ, ਬਹੁਤ ਵਾਰੀ ਲੀਡਰ ਵੱਖਰੇ ਹੋਏ, ਇਕੱਠੇ ਹੋਏ, ਬਿਕੋਜ਼ ਆਪਣਾ ਤਾਂ ਛੋਟਾ ਪਰਿਵਾਰ ਹੈ ਇੱਕ। ਲੋਕ ਸਭਾ ਚੋਣਾਂ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਮੁੱਦਿਆਂ ਦਾ ਸਾਨੂੰ ਬਹੁਤ ਫਾਇਦਾ ਹੋਊਗਾ, ਜਿਵੇਂ ਬਿਜਲੀ ਦਾ ਹੋ ਗਿਆ, ਚਾਹੇ ਨੌਕਰੀਆਂ ਦਾ ਹੋ ਗਿਆ, ਅਤੇ ਉਹਦੇ ਵਿੱਚ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਨਜ਼ਰ ਨਹੀਂ ਆ ਰਹੀ। ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਬੈਕਵਰਡ ਤੇ ਇਸ ਚੋਣਾਂ ਦੇ ਵਿੱਚ। ਇਹ ਤਾਂ ਦੇਖੋ ਦੂਸਰੀ ਪਾਰਟੀ ਨੇ ਕਹਿਣਾ ਹੁੰਦਾ ਆ, ਜੇ ਕਰੀਏ ਆਪਣੇ ਨੌਕਰੀਆਂ ਦੀ ਗੱਲ, ਅਕਾਲੀ ਦਲ ਦੇ ਵੇਲੇ ਵੀ ਜਦੋਂ ਆਪਣੇ 15 ਸਾਲ ਅਕਾਲੀ ਦਲ ਨੇ ਸੇਵਾ ਕੀਤੀ ਹੈ, ਨੌਕਰੀਆਂ ਮਿਲੀਆਂ, ਬਹੁਤ ਨੌਕਰੀਆਂ ਮਿਲੀਆਂ, ਐਸੀ ਗੱਲ ਨਹੀਂ ਕੋਈ। ਅਤੇ ਬਿਜਲੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਜਿਹੜਾ ਫੈਸਲਾ ਸੀਗਾ ਪੰਜਾਬ ਦੀ ਧਰਤੀ ਵਾਸਤੇ, ਜਿਹੜਾ ਫੈਸਲਾ ਹੁਣ ਛੇਤੀ ਕਿਤੇ ਕੋਈ ਉਹਨੂੰ ਆਪਣੇ ਬਦਲ ਨਹੀਂ ਸਕਦਾ, ਉਹ ਸੀਗਾ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ, ਫਿਰ ਗਰੀਬਾਂ ਨੂੰ 200 ਯੂਨਿਟ ਫ੍ਰੀ ਕਰਨ ਦਾ, ਫਿਰ ਆਟਾ ਦਾਲ ਆਪਣੇ ਦੇਣ ਦਾ। ਹੁਣ ਆਟਾ ਦਾਲ ਦੀ ਸਕੀਮ ਸਾਰੇ ਹਿੰਦੁਸਤਾਨ 'ਚ ਚੱਲ ਰਹੀ ਆ, ਕੋਈ ਚੌਲ ਦਿੰਦਾ, ਕੋਈ ਦਾਲ ਦਿੰਦਾ, ਕੋਈ ਖੰਡ ਦੇ ਰਿਹਾ, ਕੋਈ ਕੁਛ ਦੇ ਰਿਹਾ, ਕਿਉਂ ਕਰਕੇ ਗਰੀਬੀ ਬਹੁਤ ਹੈ ਇੱਥੇ। ਪ੍ਰਾਈਮ ਮਿਨਿਸਟਰ ਮੋਦੀ ਜੀ ਆ ਜਿਹੜਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਰਹੇ ਆ, 80-85 ਕਰੋੜ ਹਿੰਦੁਸਤਾਨੀਆਂ ਨੂੰ ਮੁਫ਼ਤ ਕਣਕ ਮਿਲਦੀ ਆ, ਪਰ ਇਹ ਸਕੀਮ ਆਟਾ ਦਾਲ ਦੀ ਤਾਂ ਅਕਾਲੀ ਦਲ ਨੇ ਸ਼ੁਰੂ ਕੀਤੀ ਨਾ, ਅਤੇ ਇਹ ਨਹੀਂ ਕਹਿ ਸਕਦੇ ਵੀ ਅਕਾਲੀ ਦਲ ਕਿਤੇ ਨਜ਼ਰ ਨਹੀਂ ਆਉਂਦਾ। ਪਰ ਅਕਾਲੀ ਦਲ ਅਤੇ BJP ਨੇ ਐਲਾਨ ਕਰ ਦਿੱਤਾ ਜੀ ਅਸੀਂ ਹੁਣ ਇਕੱਲੇ ਚੋਣ ਲੜਾਂਗੇ, ਤੁਸੀਂ 13 ਸੀਟਾਂ ਦੇ ਉੱਪਰ ਚੋਣ ਲੜਨ ਲਈ ਤਿਆਰ ਹੋ ਕੇ ਜਾਂ ਫਿਰ BJP ਦਾ ਸਹਾਰਾ ਲੈ ਕੇ ਲੜਨੀ ਚਾਹੀਦੀ ਸੀ ਤੁਹਾਨੂੰ ਚੋਣ? ਦੇਖੋ, ਜੋ ਅਕਾਲੀ ਦਲ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਸਿਧਾਂਤ ਨਹੀਂ ਛੱਡਣੇ, ਅਸੀਂ ਅਸੂਲਾਂ 'ਤੇ ਪਹਿਰਾ ਦੇਣਾ ਆ, ਅਤੇ ਸਾਡਾ ਇੱਕ ਏਜੰਡਾ ਆ, ਅਸੀਂ ਹੁਣ BJP ਨੇ ਆਪਣਾ ਫੈਸਲਾ ਲੈ ਲਿਆ, ਚਲੋ ਠੀਕ ਆ, ਪਰ ਇਹ ਕਹਿਣਾ ਚਾਹਾਂਗੇ ਮਨਦੀਪ ਜੀ ਤੁਹਾਡੇ ਮਾਧਿਅਮ ਰਾਹੀਂ ਕਿ ਅਗਰ BJP ਸੁਹਿਰਦ ਹੁੰਦੀ, BJP ਆਪਣੇ ਇਮਾਨਦਾਰੀ ਨਾਲ ਪੰਜਾਬ ਦੇ ਆਪਣੇ ਲੋਕਾਂ ਦੇ ਨਾਲ ਇਨਸਾਫ ਕਰਨਾ ਚਾਹੁੰਦੀ, ਤੇ BJP ਨੂੰ ਪੰਜਾਬ ਦੇ ਮਸਲਿਆਂ ਬਾਰੇ ਕੋਈ ਨਾ ਕੋਈ ਪਹਿਲਾਂ ਫੈਸਲਾ ਕਰਨਾ ਚਾਹੀਦਾ ਸੀਗਾ, ਬਹੁਤ ਪਹਿਲਾਂ। ਪਹਿਲਾਂ ਫੈਸਲਾ ਕੀ ਕਰਨਾ ਸੀਗਾ, ਉਹ ਤਾਂ ਉਲਟ ਫੈਸਲੇ ਹੋਣ ਲੱਗ ਪਏ, ਚਾਹੇ ਧਾਰਮਿਕ ਖੇਤਰ ਜੀ ਦੀ ਗੱਲ ਕਰ ਲਓ, ਸਾਰੇ ਆਪਣੇ ਫੈਸਲੇ ਸਿੱਖਾਂ ਦੇ ਉਲਟ ਹੋਏ, ਪੰਜਾਬ ਦੇ ਪੁਰਾਣੇ ਜਿਹੜੇ ਸਮਾਜਿਕ ਜਾਂ ਰਾਜਨੀਤਿਕ ਮਸਲੇ ਆ ਇੰਨੀ ਦੇਰ ਦੇ ਲਟਕਦੇ ਆ,
ਉਹ ਨਹੀਂ ਆਪਣੇ ਕਿਸੇ ਕੰਡੇ ਲੱਗੇ, ਨਵੇਂ ਸੂਬੇ ਬਾਅਦ ਚ ਬਣੇ, ਨਵੇਂ ਸੂਬਿਆਂ ਨੂੰ ਰਾਜਧਾਨੀਆਂ ਮਿਲ ਗਈਆਂ। ਸਾਡਾ ਸੂਬਾ ਕਿੰਨੇ ਆਪਣੇ ਦਹਾਕੇ ਪਹਿਲਾਂ ਬਣਿਆ ਤੇ ਸਾਨੂੰ ਹਜੇ ਤੱਕ ਰਾਜਧਾਨੀ ਨਹੀਂ ਆਪਣੀ ਮਿਲੀ। ਤੇ ਫਿਰ ਜਿਹੜੀਆਂ ਗੱਲਾਂ ਸਾਡਾ ਉਹਨਾਂ ਨੇ ਮੰਨੀਆਂ, ਜਿਹੜੀਆਂ ਗੱਲਾਂ ਦਾ ਨੋਟੀਫਿਕੇਸ਼ਨ ਹੋ ਗਿਆ, ਲੈਟਰਸ ਕੱਢਤੀਆਂ ਬੰਦੀ ਸਿੰਘਾਂ ਬਾਰੇ ਵੀ ਇਹ ਆਪਣੇ ਛੱਡੇ ਜਾਣੇ ਚਾਹੀਦੇ ਆ, ਇਹਨਾਂ ਨੂੰ ਛੱਡਣ ਦੇ ਵਿੱਚ ਕੋਈ ਇਤਰਾਜ਼ ਨਹੀਂ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ ਜਾਂ ਕਿ ਜਿਹੜੇ ਸੂਬੇ ਨਾਲ ਸੰਬੰਧ ਰੱਖਦੇ ਆ। ਤੇ ਭਾਈ ਛੱਡੇ ਕਿਉਂ ਨਹੀਂ ਫਿਰ ਉਹ? ਤੇ ਕਿਸਾਨਾਂ ਦੀ ਗੱਲ, ਕਿਸਾਨ ਆ ਤੁਸੀਂ ਉੱਥੇ ਜਦੋਂ ਮੋਰਚਾ, ਕਿਸਾਨ ਮੋਰਚਾ ਉੱਥੋਂ ਟੁੱਟਿਆ, ਉਹ ਘਰਾਂ ਨੂੰ ਵਾਪਸ ਆਏ, ਇੱਥੇ ਆ ਕੇ ਅਰਦਾਸ ਕੀਤੀ ਕਿਸਾਨਾਂ ਨੇ ਵੀ ਆਪਣੇ ਅਸੀਂ ਕਾਮਯਾਬ ਹੋ ਗਏ ਹਾਂ, ਮੋਦੀ ਸਾਹਿਬ ਨੇ ਤਿੰਨੇ ਕਾਨੂੰਨ ਵਾਪਸ ਲੈਣਾ ਹੈ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਬੜਾ ਵੱਡਾ ਫੈਸਲਾ ਸੀਗਾ, ਬੜੀ ਵੱਡੀ ਜਿੱਤ ਸੀਗੀ ਕਿਸਾਨਾਂ ਦੀ, ਲੇਕਿਨ ਉਹ ਵੀ ਲਾਗੂ ਨਹੀਂ ਹੋਇਆ। ਸੋ ਇਹ ਸਾਰੀਆਂ ਗੱਲਾਂ ਬੀਜੇਪੀ ਨੇ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਟਹਿਰੇ 'ਚ ਖੜੀ ਆ, ਇਸ ਕਰਕੇ ਬੀਜੇਪੀ ਦਾ ਵਿਰੋਧ ਹੋ ਰਿਹਾ। ਮੈਂ ਇਹ ਕਹਿਣਾ ਚਾਹੂੰਗਾ, ਅਕਾਲੀ ਦਲ ਨੇ ਤਾਂ ਮੌਕੇ ਦੇ ਸਮੇਂ ਉਸ ਸੰਬੰਧ ਵਿੱਚ ਜੋ ਫੈਸਲਾ ਲੈਣਾ ਚਾਹੀਦਾ ਸੀ ਲਿਆ ਲੋਕਾਂ ਨੇ। ਤੁਸੀਂ ਮਹਿਸੂਸ ਕਰਦੇ ਹੋ ਵੀ ਕੱਲੇ ਕੱਲੇ ਚੋਣ ਲੜਨੀ ਚਾਹੀਦੀ? ਤੁਹਾਡਾ ਨਿੱਜੀ ਤੌਰ ਦੇ ਉੱਪਰ ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਬਹੁਤ ਲੰਬਾ ਸਮਾਂ 1998 ਤੋਂ ਜੇ ਮੈਂ ਗਲਤ ਨਾ ਹੋਵਾਂ ਇਕੱਠੇ ਚੱਲੇ ਤੁਸੀਂ, ਤੇ 2019 ਦੇ ਵਿੱਚ ਤੁਸੀਂ, 20 ਦੇ ਵਿੱਚ ਤੁਸੀਂ ਅੱਡ ਹੋਏ, ਤੇ ਇਹ ਤੁਹਾਨੂੰ ਲੱਗਦਾ ਵੀ ਇਕੱਠੇ ਰਹਿ ਕੇ ਜੇ ਚੋਣ ਲੜਦੇ ਤੇ ਥੋੜਾ ਜਿਹਾ ਫਾਇਦਾ ਹੋ ਜਾਣਾ ਸੀਗਾ? ਇਕੱਠੇ ਰਹਿ ਕੇ ਤਾਂ ਚੋਣ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਆ, ਇਹਦੇ 'ਚ ਤਾਂ ਕੋਈ ਆਪਣੇ ਉਹ ਗੱਲ ਨਹੀਂ ਹੈ ਵੀ ਆਪਾਂ ਕਹੀਏ ਵੀ ਨਹੀਂ ਫਾਇਦਾ, ਫਾਇਦਾ ਹੁੰਦਾ। ਸਾਰੀ ਇੰਡੀਆ ਦੀ ਪੋਲਿਟਿਕਸ ਦੇਖੀਏ, ਅਲਾਇੰਸਿਸ ਹੋ ਰਹੇ ਨੇ, ਹੁਣ ਐਡਾ ਵੱਡਾ ਅਲਾਇੰਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੰਡੀਆ ਦਾ, ਤੇ ਸਾਰਾ ਜੋ ਵੀ ਜਿੰਨੀਆਂ ਪਾਰਟੀਆਂ ਸੀਗੀਆਂ ਆਪਣੇ ਦੂਸਰੇ ਪਾਸੇ ਖੜੀਆਂ ਬੀਜੇਪੀ ਦੇ, ਉਹ ਸਾਰੀਆਂ ਕੋਸ਼ਿਸ਼ ਕਰ ਰਹੇ ਇਕੱਠੀਆਂ ਕਰਨ ਦੀ, ਤੇ ਉਹ ਵੀ ਅਲਾਇੰਸ ਹੋਇਆ। ਬੀਜੇਪੀ ਵੀ ਆਪਣੇ ਪੁਰਾਣੇ ਐਨਡੀਏ ਦੇ ਜਿਹੜੇ ਸਾਥੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਉਹ ਵੀ ਕਿਤੇ ਹੋਇਆ ਕਿਤੇ ਨਹੀਂ ਹੋਇਆ। ਪਰ ਪੰਜਾਬ ਦੀ ਸਥਿਤੀ ਵੱਖਰੀ ਆ, ਪੰਜਾਬ ਇੱਕ ਆਪਣੇ ਖੇਤਰੀ ਜਿਹੜਾ ਹੈਗਾ ਪਾਰਟੀ ਉਹਨੂੰ ਪਹਿਲਾਂ ਹੀ ਉਹ ਚਾਹੁੰਦਾ ਰਿਹਾ, ਉਹ ਹੈ ਸ਼੍ਰੋਮਣੀ ਅਕਾਲੀ ਦਲ, ਅਤੇ ਬਿਕੋਜ਼ ਇੱਥੇ ਆਪਣੇ ਸਿੱਖ ਨੈਸ਼ਨਲ ਲੈਵਲ 'ਤੇ ਘੱਟ ਗਿਣਤੀ 'ਚ ਆ, ਕੋਈ ਫਰਕ ਨਹੀਂ ਕਿਸੇ ਹੋਰ ਬਾਕੀ ਧਰਮਾਂ ਦਾ, ਸਾਰੇ ਆਪਾਂ ਤਾਂ ਜਿਹੜਾ ਸਿੱਖੀ ਦਾ ਕੰਸੈਪਟ ਹੀ ਸਾਂਝੀਵਾਲਤਾ ਦਾ ਆ, ਸਾਰਿਆਂ ਨੂੰ ਆਪਣੇ ਇੱਕੋ ਸਮਝਣ ਦਾ, ਕੋਈ ਕਿਸੇ ਨਾਲ ਫਰਕ ਨਹੀਂ ਕਰਦੇ ਆਪਾਂ, ਚਾਹੇ ਕੋਈ ਧਰਮ ਹੋਵੇ। ਅਤੇ ਪਰ ਜੇ ਹੁਣ ਸਿੱਖ ਇੱਥੇ ਘੱਟ ਗਿਣਤੀ 'ਚ ਬੈਠੇ ਆ, ਅਤੇ ਸਿੱਖਾਂ ਦੇ ਨਾਲ 1947 'ਚ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਵੀ ਸਾਡੇ ਤੋਂ ਉਹਨਾਂ ਨੇ ਪੂਰੇ ਨਹੀਂ ਕੀਤੇ, ਠੀਕ ਆ, ਅਤੇ ਉਦੋਂ ਬਾਅਦ ਜੋ ਸਾਡੇ ਨਾਲ ਹੋਇਆ, ਇੰਨੇ ਮੋਰਚੇ ਲੱਗੇ ਆ, ਉਹ ਸਾਰਾ ਜਿਉਂਦਾ ਤਿਉਂ ਹੀ ਏਜੰਡਾ ਖੜਾ ਪੰਜਾਬ ਦਾ, ਚਾਹੇ ਧਰਮੀ ਮੋਰਚੇ ਦੀ ਗੱਲ ਕਰ ਲਓ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਕਰ ਲਓ, ਬਾਕੀ ਮੈਂ ਤੁਹਾਨੂੰ ਦੱਸ ਹੀ ਹਟਿਆ ਆ ਪੰਜਾਬ ਦੇ ਪੁਰਾਣੇ ਮਸਲੇ ਚੰਡੀਗੜ੍ਹ ਵਰਗੇ, ਜਾਂ SYL ਨਹਿਰ ਦੀ ਗੱਲ ਕਰ ਲਓ, ਧਰਮੀ ਮੋਰਚੇ 'ਚ ਕੁਛ ਨਹੀਂ ਮਿਲਿਆ, ਕਪੂਰੀ ਮੋਰਚਾ ਜਿਉਂ ਉਹ ਵੀ ਇੱਦਾਂ ਹੀ ਆਪਣੇ ਚਲਾ ਗਿਆ, ਲੇਕਿਨ ਫਿਰ ਆ ਗਿਆ ਕਿਸਾਨ ਮੋਰਚਾ, ਅਤੇ ਉਹ ਵੀ ਹਜੇ ਉਹਦਾ ਵੀ ਕਿਸੇ ਸਿਰੇ ਕੰਢੇ ਲੱਗੀ ਨਹੀਂ ਗੱਲ ਕਿਸਾਨਾਂ ਦੀ। ਸੋ ਪੰਜਾਬ ਦੇ ਨਾਲ, ਖਾਸ ਕਰ ਸਿੱਖਾਂ ਦੇ ਨਾਲ ਦਿੱਲੀ ਵਾਲਿਆਂ ਨੇ ਇਨਸਾਫ ਨਹੀਂ ਕੀਤਾ, ਇਸ ਕਰਕੇ ਬੀਜੇਪੀ ਨੂੰ ਚਾਹੀਦਾ ਸੀ, ਤੁਹਾਡੀ ਜਿਹੜੀ ਆਪਣੇ ਸਵਾਲ ਦਾ ਜਵਾਬ ਇੱਕ ਨਿਚੋੜ 'ਚ ਆ, ਬੀਜੇਪੀ ਨੂੰ ਪੰਜਾਬ ਨੂੰ ਬਾਕੀ ਸੂਬਿਆਂ ਵਾਂਗੂ ਨਹੀਂ ਸੀ ਦੇਖਣਾ ਚਾਹੀਦਾ। ਬੀਜੇਪੀ ਸੋਚਦੀ ਸੀ ਪੰਜਾਬ 'ਚ ਅਸੀਂ ਬਰਾਬਰ ਦੇ ਭਾਈਵਾਲ ਬਣਾਂਗੇ ਸ਼੍ਰੋਮਣੀ ਅਕਾਲੀ ਦਲ ਨਾਲ, ਠੀਕ ਆ, ਕੋਈ ਗੱਲ ਨਹੀਂ, ਤੁਸੀਂ ਨੈਸ਼ਨਲ ਪਾਰਟੀ ਹੋ, ਦਿੱਲੀ 'ਚ ਰਾਜ ਭਾਗ ਤੁਹਾਡਾ ਆ, ਕੱਲ੍ਹ ਨੂੰ ਫਿਰ ਤੁਹਾਡਾ ਆਪਣੇ ਆਉਣ ਨੂੰ ਤਿਆਰ ਬੈਠਾ ਆ, ਉਸ ਦਾ ਤੁਹਾਡਾ ਅਜਵੇ ਦੁਆਰਾ, ਅਤੇ ਜਿੱਦਾਂ ਦੀ ਹਵਾ ਆ ਆਪਣੇ ਦੇਸ਼ ਵਿੱਚ, ਇਹ ਤਾਂ ਡੈਮੋਕ੍ਰੇਸੀ ਆ, ਲੋਕਾਂ ਨੇ ਫੈਸਲਾ ਕਰਨਾ। ਪਰ ਜੇ ਤੁਸੀਂ ਪੰਜਾਬ ਨੂੰ ਵੀ ਚਾਹੋ ਕਿ ਅਸੀਂ ਪੰਜਾਬ 'ਤੇ ਵੀ ਆਪਣੇ ਕਹਿ ਲਓ ਦਬਾਅ ਪਾ ਕੇ, ਜ਼ੋਰ ਪਾ ਕੇ, ਅਤੇ ਪੰਜਾਬ ਨੂੰ ਵੀ ਆਪਣੇ ਵੱਲ ਲੈ ਜਾਈਏ, ਅਤੇ ਇਹ ਗੱਲ ਨਾਮੁਮਕਿਨ ਆ, ਇਹ ਗੱਲ ਕਿਸੇ ਗੋਲੀ ਕਿਸੇ ਦੇ ਗਲੇ ਲੰਘਣੀ ਨਹੀਂ। ਜਦੋਂ ਮੀਟਿੰਗ ਹੁੰਦੀ ਰਹੀ ਹੈ, ਸੁਭਾਵਿਕ ਹੈ ਮੀਟਿੰਗਾਂ ਬੀਜੇਪੀ ਦੇ ਨਾਲ ਹੁੰਦੀਆਂ ਹੋਣਗੀਆਂ, ਤੁਹਾਡੇ ਵੱਲੋਂ ਕਿਹੜੀਆਂ ਗੱਲਾਂ ਉੱਥੇ ਰੱਖੀਆਂ ਜਾਂਦੀਆਂ ਰਹੀਆਂ ਸੀ? ਕਿਉਂਕਿ ਇੱਕ ਗੱਲ ਤਾਂ ਵੀ ਨਿਕਲ ਕੇ ਸਾਹਮਣੇ ਆਉਂਦੀ ਵੀ ਉਹ ਸੀਟਾਂ ਦੀ ਵੱਧ ਮੰਗ ਕਰਦੇ ਸੀਗੇ ਵੀ ਵੱਧ ਸੀਟਾਂ ਸਾਨੂੰ ਦੇ ਦਿਓ। ਜਿਹੜੀਆਂ ਗੱਲਾਂ ਤੁਸੀਂ ਕੀਤੀਆਂ, ਚਾਹੇ ਉਹ ਪੰਜਾਬ ਦੇ ਮਸਲੇ ਸੀਗੇ ਜਾਂ ਬੰਦੀ ਸਿੰਘਾਂ ਦੀ ਗੱਲ ਸੀਗੀ, ਉਹਦੇ ਉੱਤੇ ਤਾਂ ਆਉਂਦੇ ਹੀ ਨਹੀਂ ਸੀਗੇ, ਇਹ ਗੱਲ ਸੱਚੀ? ਦੇਖੋ, ਜਦੋਂ ਉਹਨਾਂ ਨੂੰ ਮਿਲ ਜਾਂਦੇ ਸੀਗੇ, ਜਿਹੜੇ ਵੀ ਕੋਈ ਆਪਣੇ ਕਹਿ ਲਓ ਜ਼ਿੰਮੇਵਾਰ ਵਿਅਕਤੀ, ਅਕਾਲੀ ਦਲ ਦੀ ਸਿੱਧੇ ਤੌਰ 'ਤੇ ਗੱਲ ਹੋਈ ਨਹੀਂ ਹੋਈ ਮੈਂ ਨਹੀਂ ਕਹਿ ਸਕਦਾ, ਸਿੱਧੇ ਤੌਰ 'ਤੇ ਮੈਨੂੰ ਲੱਗਦਾ ਸਿੱਧੇ ਤੌਰ 'ਤੇ ਅਕਾਲੀ ਦਲ ਦੀ ਗੱਲ ਕੋਈ ਨਹੀਂ ਸੀ। ਚਲੋ, ਕੋਈ ਕਿਸੇ ਚੈਨਲਾਂ ਰਾਹੀਂ ਗੱਲ ਚੱਲਦੀ ਸੀਗੀ, ਚੱਲਣੀ ਚਾਹੀਦੀ ਵੀ ਆ, ਚੰਗੀ ਗੱਲ ਹੈ, ਅਤੇ ਇੱਦਾਂ ਹੁੰਦਾ ਕੋਈ ਆਪਣੇ ਵਿੱਚ ਪੈ ਕੇ ਗੱਲ ਨੂੰ ਕੁਛ ਸਿਰੇ ਲਾਉਣਾ ਹੁੰਦਾ। ਉਦੋਂ ਜਦੋਂ ਉਹਨਾਂ ਤੱਕ, ਉਹਨਾਂ ਦੀ ਲੀਡਰਸ਼ਿਪ ਤੱਕ ਆਪਣੇ ਇਹ ਗੱਲ ਕਰਦੇ ਸੀ ਵੀ ਸਾਡੇ ਧਾਰਮਿਕ ਮਸਲੇ ਨੇ, SGPC ਆ, ਆਪਣੇ ਹਜ਼ੂਰ ਸਾਹਿਬ ਦਾ ਤਖ਼ਤ ਆ, ਪਟਨਾ ਸਾਹਿਬ ਦਾ ਤਖ਼ਤ ਆ, ਠੀਕ ਹੈ ਜੀ,
ਫਿਰ ਆਪਣਾ ਆ ਗਿਆ ਜੀ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਆ ਤੇ ਇਹ ਜਿਹੜੇ ਸਾਡੇ ਰਿਲੀਜੀਅਸ ਇਸ਼ੂਜ਼ ਆ ਉਹਦੇ 'ਚ ਤੁਸੀਂ ਆਪਣੇ ਦਖਲ ਦੇ ਰਹੇ ਹੋ ਤੁਸੀਂ ਤੁਹਾਨੂੰ ਕੀ ਲੋੜ ਆ ਆਪਣੇ ਦਖਲ ਦੇਣ ਦੀ ਹਜ਼ੂਰ ਸਾਹਿਬ ਸੱਚਖੰਡ ਜਿੱਥੇ ਆਪਾਂ ਜਾ ਕੇ ਆਪਣੇ ਇੰਨੀ ਸ਼ਰਧਾ ਨਾਲ ਸੰਗਤ ਜਾਂਦੀ ਆ ਤੇ ਤੁਸੀਂ ਉਹਦੇ ਆਪਣੇ ਜਿਹੜੇ ਬੋਰਡ ਨੂੰ ਚੇਂਜ ਕਰ ਰਹੇ ਹੋ ਕੀ ਲੋੜ ਹੈ ਤੁਹਾਨੂੰ ਐਵੇਂ ਪਟਨਾ ਸਾਹਿਬ ਆ ਜਿੱਥੇ ਦਸ਼ਮੇਸ਼ ਪਿਤਾ ਜੀ ਦਾ ਜਨਮ ਹੋਇਆ ਤੁਹਾਨੂੰ ਕੀ ਲੋੜ ਹੈ ਉਹਨੂੰ ਉਸ ਬੋਰਡ ਦੇ ਵਿੱਚ ਦਖਲ ਦੇਣ ਦੀ ਇਹ ਜਿਹੜੇ ਹੈਗੇ ਆ ਖੇਤਰ ਆ ਕਮ ਸੇ ਕਮ ਇਹਦੇ 'ਚ ਤਾਂ ਸਾਡੀ ਜਿਹੜੀ ਖੁਦਮੁਖਤਿਆਰੀ ਰਹਿਣ ਦਿਓ ਸਾਨੂੰ ਫੈਸਲੇ ਕਰਨ ਦਿਓ ਵੀ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦੇ ਐਕਟ ਨਾਲ ਬਣੀ ਆ ਲੋਕਤੰਤਰਿਕ ਆਪਣੇ ਹੈਗੀ ਬੋਡੀ ਆ ਉਹਨੂੰ ਉਹਨੂੰ ਉਹਦੀ ਰਾਏ ਲਓ ਵੀ ਤੁਸੀਂ ਅੱਜ ਇਹ 'ਚ ਆਪਾਂ ਕੀ ਕਰਨਾ ਆ ਅਸੀਂ ਕਿਤੇ ਹੋਰ ਕਿਸੇ 'ਚ ਨਹੀਂ ਦਖਲ ਦਿੰਦੇ ਪਰ ਤੁਸੀਂ ਜੇ ਸਾਡੇ ਹਰ ਇੱਕ ਆਪਣੇ ਮਾਮਲੇ 'ਚ ਦਖਲ ਦੇ ਰਹੇ ਹੋ ਤੇ ਅਸੀਂ ਕਿਵੇਂ ਇਸ ਗੱਲ ਨੂੰ ਬਰਦਾਸ਼ਤ ਕਰੀਏ ਉਹ ਕਹਿੰਦੇ ਸੀ ਉਹ ਜਵਾਬ ਇਹ ਜੋ ਮੈਂ ਸੁਣਿਆ ਉਹ ਕਹਿੰਦੇ ਸਾਨੂੰ ਇਹ ਸਾਰੇ ਮਸਲਿਆਂ ਦਾ ਪਤਾ ਆ ਉਹ ਦੇਖੋ ਇਹ ਗੱਲ ਦੀ ਆਪਾਂ ਨੂੰ ਸਵੀਕਾਰ ਕਰਨਾ ਚਾਹੀਦਾ ਕਿ ਉਹਨਾਂ ਨੇ ਕਿਸੇ ਗੱਲੋਂ ਇਹ ਨਹੀਂ ਕਿਹਾ ਵੀ ਨਹੀਂ ਹੋ ਨਹੀਂ ਸਕਦਾ ਜਾਂ ਇੱਦਾਂ ਆ ਜਾਂ ਉੱਦਾਂ ਆ ਠੀਕ ਆ ਉਹਨਾਂ ਨੇ ਆਪਣਾ ਟਾਈਮ ਦੇਖਿਆ ਵੀ ਅੱਜ ਟਾਈਮ ਸਾਡੇ ਲਈ ਸਹੀ ਹੈ ਕਿ ਅੱਜ ਟਾਈਮ ਸਾਡੇ ਲਈ ਨਹੀਂ ਸਹੀ ਹੈਗਾ ਵੀ ਅੱਜ ਬੰਦੀ ਸਿੰਘ ਛੱਡਦੇ ਹਾਂ ਕੀ ਪਤਾ ਸੋਚਣ ਵੀ ਸਾਨੂੰ ਬਾਕੀ ਹਿੰਦੀ ਬਿੱਲ 'ਚ ਨੁਕਸਾਨ ਹੁੰਦਾ ਹੋਊਗਾ ਜੋ ਅਸੀਂ ਸਮਝਦੇ ਹਾਂ ਕੋਈ ਨੁਕਸਾਨ ਨਹੀਂ ਸੀ ਹੋਣਾ ਬੰਦੀ ਸਿੰਘ ਵਾਲੀ ਗੱਲ ਦੇ ਉੱਪਰ ਕੀ ਜਵਾਬ ਸੀਗਾ ਕਿ ਆਫਟਰ ਇਲੈਕਸ਼ਨ ਉਹਨਾਂ ਨੂੰ ਛੱਡਦੇ ਆਂ ਕਿਉਂਕਿ ਹੁਣ ਤਾਂ ਕੋਈ ਫੈਸਲਾ ਲੈ ਨਹੀਂ ਸਕਦੇ ਸੀਗੇ ਕਿ ਜਿਉਂ ਕਹਿੰਦੇ ਸੀਗੇ ਕਿ ਅਸੀਂ ਛੱਡਣੀ ਨਹੀਂ ਉਹ ਦੇਖੋ ਜੋ ਮੈਨੂੰ ਜਿੰਨੀ ਕੁ ਇਨਫੋਰਮੇਸ਼ਨ ਮੈਨੂੰ ਮਿਲੀ ਆ ਜੀ ਉਹਨਾਂ ਨੇ ਕਿਹਾ ਵੀ ਇਹ ਸਾਰੇ ਮਸਲੇ ਸਾਡੇ ਧਿਆਨ 'ਚ ਆ ਤਾਂ ਅਸੀਂ ਸਮੇਂ ਆਉਣ ਤੇ ਕਰਾਂਗੇ ਜਾਂ ਸਮੇਂ ਮੁਤਾਬਕ ਕਰਾਂਗੇ ਤੇ ਪਰ ਫਿਰ ਗੱਲ ਸਾਡਾ ਪੱਖ ਇਹ ਸੀ ਅਕਾਲੀ ਦਲ ਦਾ ਕਿ ਪਹਿਲਾਂ ਤੁਸੀਂ ਜਦੋਂ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਈ ਉੱਥੇ ਆਪਣੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਉਦੋਂ ਵੀ ਤੁਸੀਂ ਉੱਥੇ ਅਨਾਊਂਸ ਕੀਤਾ ਫਿਰ ਤੁਹਾਡੀਆਂ ਚਿੱਠੀਆਂ ਨੇ ਤੁਹਾਡੀ ਨੋਟੀਫਿਕੇਸ਼ਨ ਆ ਆਪਣੇ ਹੋਮ ਮਿਨਿਸਟਰੀ ਦੀ ਕਿ ਇਹ ਜਿਹੜੇ 5 ਜਾਂ 7 ਸਿੰਘ ਆ ਇਹ ਛੱਡੇ ਜਾ ਸਕਦੇ ਆ ਇਹਨਾਂ ਨੂੰ ਛੱਡਣ 'ਚ ਕੋਈ ਇਤਰਾਜ਼ ਨਹੀਂਗਾ ਤੇ ਫਿਰ ਤੁਸੀਂ ਉਸ ਗੱਲ ਨੂੰ ਅਮਲ ਕਰ ਦਿੰਦੇ ਜਿਹੜੇ ਬੰਦੇ 30 ਸਾਲ ਦੇ ਜਾਂ 25 ਸਾਲ ਦੇ ਜਾਂ 35 ਸਾਲ ਦੇ ਜਾਂ 22 ਸਾਲ ਦੇ ਬੈਠੇ ਆ ਜੇਲ੍ਹਾਂ ਪੂਰੀਆਂ ਕਰ ਗਏ ਉਹਨਾਂ ਨੇ ਕੋਈ ਇੱਥੇ ਕਿਹੜਾ ਕੋਈ ਹੁਣ ਰੈਵੋਲੂਸ਼ਨ ਲੈ ਕੇ ਆਉਣਾ ਆ ਕੀ ਉਹਨਾਂ ਨੇ ਕਰਨਾ ਆ ਇਹਨਾਂ ਦਾ ਤਰਕ ਇਹ ਹੁੰਦਾ ਬੀਜੇਪੀ ਦਾ ਵੀ ਇਹਨਾਂ ਦੇ ਕੋਲੋਂ ਖਤਰਾ ਹੈ ਤੇ ਪੰਜਾਬ ਨੂੰ ਵੀ ਖਤਰਾ ਹੋ ਸਕਦਾ ਦੇਸ਼ ਨੂੰ ਵੀ ਖਤਰਾ ਹੋ ਸਕਦਾ ਇਹ ਫਿਰ ਉਹੀ ਗੱਲ ਉੱਥੇ ਆ ਗਈ ਨਾ ਜੀ ਮਤਲਬ ਵੀ ਤੁਸੀਂ ਸਿੱਖਾਂ ਤੇ ਫਿਰ ਉਹੀ ਤਲਵਾਰ ਲਟਕਦੀ ਰੱਖਣਾ ਚਾਹੁੰਦੇ ਆ ਤਾਂ ਸਿੱਖਾਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਉਹਨਾਂ ਤੇ ਆਪਣੇ ਇਹ ਤਬਾ ਉਹਨੂੰ ਫਿਕਸ ਕਰਨਾ ਚਾਹੁੰਦੇ ਆ ਵੀ ਇਹ ਤਾਂ ਜੀ ਪਤਾ ਨਹੀਂ ਕੀ ਕਰ ਦੇਣਗੇ ਆ ਕੇ ਹੁਣ ਅਸੀਂ ਕਹਿੰਦੇ ਹਾਂ ਵੀ ਤੁਸੀਂ ਤੁਹਾਡੇ ਕਈ ਇਦਾਂ ਦੇ ਐਕਸ਼ਨ ਜਿਹਨੇ ਜਿਹੜੀ ਉਂਗਲ ਤੁਹਾਡੇ ਤੇ ਉੱਠਦੀ ਆ ਜੋ ਵਿਦੇਸ਼ਾਂ 'ਚ ਹੋਇਆ ਤੇ ਉਹ ਤੁਹਾਡੇ ਤੇ ਉਂਗਲ ਉੱਠਦੀ ਆ ਕੇਂਦਰ ਸਰਕਾਰ ਤੇ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ 'ਚ ਤੁਹਾਡੇ ਕੋਲ ਜਵਾਬ ਨਹੀਂ ਦੇ ਹੋਇਆ ਉਹਨਾਂ ਵਾਕਿਆਤਾਂ ਦਾ ਪਰ ਜੇ ਇੰਡੀਅਨ ਗਵਰਨਮੈਂਟ ਕੇਂਦਰ ਸਰਕਾਰ ਸਹੀ ਫੈਸਲੇ ਲਵੇ ਤੇ ਜਿਹੜਾ ਆਪਣਾ ਅਮਰੀਕਾ 'ਚ ਬੈਠਾ ਸਿੱਖ ਕੈਨੇਡਾ 'ਚ ਬੈਠਾ ਯੂਰਪ 'ਚ ਬੈਠਾ ਉਸ ਗੱਲ ਦੀ ਉਹ ਆਪਣੇ ਸਿਫਤ ਕਰੂਗਾ ਵਡਿਆਈ ਕਰੂਗਾ ਠੀਕ ਆ ਕੇਂਦਰ ਸਰਕਾਰ ਨੇ ਸਹੀ ਇਹ ਫੈਸਲਾ ਲਿਆ ਜੇ ਲਾਂਘਾ ਖੋਲਿਆ ਤਾਂ ਅਸੀਂ ਕਹਿੰਦੇ ਲਾਂਘਾ ਖੋਲਿਆ ਕੇਂਦਰ ਸਰਕਾਰ ਨੇ ਖੋਲਿਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੋਲਿਆ ਇਹ ਗੱਲ ਦੀ ਆਪਣੀ ਵਧਾਈ ਦਿੰਦੇ ਆ ਮੋਦੀ ਸਾਹਿਬ ਨੂੰ ਤੇ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਪਰ ਇਹ ਜਿਹੜੇ ਕੰਮ ਹੋਏ ਚੰਗੇ ਹੋਏ ਜੇ ਦਿੱਲੀ ਦੇ ਆਪਣੇ ਜਿਹੜੇ ਦੋਸ਼ੀਆਂ ਨੂੰ ਪਾਪੀਆਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਮਿਲੀ ਉਹ ਬਹੁਤ ਚੰਗਾ ਫੈਸਲਾ ਕੀਤਾ ਉਹਨਾਂ ਨੇ ਪਰ ਇਹ ਗੱਲਾਂ ਇੱਥੇ ਤੱਕ ਨਹੀਂ ਨਾ ਖੜਦੀਆਂ ਗੱਲਾਂ ਹੋਰ ਬਹੁਤ ਅੱਗੇ ਆ ਇਹ ਰੋਜ਼ ਆਪਣੇ ਗਰਾਊਂਡ ਸ਼ਿਫਟ ਹੁੰਦੀ ਆ ਰੋਜ਼ ਨਵੇਂ ਮਸਲੇ ਆਉਂਦੇ ਆ ਰੋਜ਼ ਕੋਈ ਫੈਸਲੇ ਆਪਣੇ ਕੋਈ ਕਿਤੇ ਕਰ ਰਿਹਾ ਕੋਈ ਕਿਤੇ ਫੈਸਲਾ ਕਰ ਰਿਹਾ ਬੀਜੇਪੀ ਵਾਲੇ ਇਹ ਪ੍ਰਚਾਰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਲਈ ਬਹੁਤ ਸੌਫਟ ਰਹਿੰਦੇ ਨੇ ਬਹੁਤ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਰਹਿੰਦੇ ਜਿਵੇਂ ਇਹ ਪ੍ਰਚਾਰਿਆ ਜਾਂਦਾ ਤੁਸੀਂ ਮੀਟਿੰਗਾਂ ਤੁਹਾਡੀ ਲੀਡਰਸ਼ਿਪ ਕਰਕੇ ਆਈ ਹੈ ਚਲੋ ਖੈਰ ਡਾਇਰੈਕਟਰ ਤਾਂ ਨਹੀਂ ਮੀਟਿੰਗਾਂ ਉਹਨਾਂ ਨਾਲ ਹੋਈਆਂ ਹੋਣਗੀਆਂ ਤਾਂ ਤੁਹਾਨੂੰ ਲੱਗਿਆ ਵੀ ਵਾਕਈ ਸੌਫਟ ਕਾਰਨਰ ਹੈ ਬੀਜੇਪੀ ਦੇ ਵੱਲੋਂ ਸਿੱਖਾਂ ਲਈ ਦੇਖੋ ਜੀ ਜੇ ਇਹ ਆਪਣੇ ਬੀਜੇਪੀ ਦੇ ਲੀਡਰਸ਼ਿਪ ਇਹ ਗੱਲ ਆਖਣ ਤਾਂ ਬੜੀ ਚੰਗੀ ਗੱਲ ਹੈ ਇਹ ਬਹੁਤ ਚੰਗੀ ਗੱਲ ਹੈ ਅਸੀਂ ਇਹਨੂੰ ਫਿਰ ਮਤਲਬ ਨਾ ਇਹਦੀ ਸਰਾਹਨਾ ਕਰਦੇ ਹਾਂ ਇਹ ਸਿਫਤ ਕਰਦੇ ਹਾਂ ਜੇ ਸਾਡਾ ਪ੍ਰਾਈਮ ਮਿਨਿਸਟਰ ਸਾਡੇ ਲਈ ਚੰਗਾ ਸੋਚਦਾ ਸੌਫਟ ਹੈ ਸਾਡੇ ਲਈ ਤਾਂ ਹੋਰ ਉਦੋਂ ਚੰਗੀ ਗੱਲ ਕੀ ਆ ਬਹੁਤ ਚੰਗੀ ਗੱਲ ਆ ਇਹ ਤੇ ਲੇਕਿਨ ਆ ਵੀ ਉਹ ਸੋਚ ਤੱਕ ਹੈਗੀ ਆ ਠੀਕ ਆ ਮੋਦੀ ਸਾਹਿਬ ਦੀ ਨੋ ਡਾਊਟ ਅਸੀਂ ਦੇਖੋ ਮੋਦੀ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਬਣੇ ਆ ਪਹਿਲਾਂ ਸਦਾ ਹੀ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਅਸੀਂ ਇਹ ਨਹੀਂ ਕੋਈ ਅਸੀਂ ਮਤਲਬ ਕਾਂਗਰਸ ਦਾ ਅਸੀਂ ਕੋਈ ਨਿੱਜੀ ਉਹਦੇ ਅਗੇਂਸਟ ਆ ਪਰ ਸਾਨੂੰ ਇਹ ਲੱਗਦਾ ਕਿ ਦੇਸ਼ ਦੇ ਹਾਲਾਤ ਜੇ ਖਰਾਬ ਹੋਏ ਉਹਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਆ ਜੇ ਸਿੱਖਾਂ ਦਾ ਦੇ ਨਾਲ ਐਡਾ ਵੱਡਾ ਜ਼ੁਲਮ ਹੋਇਆ 1984 'ਚ ਉਹਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਆ ਜੇ ਦਿੱਲੀ ਵਿੱਚ ਜੋ ਕਤਲੇਆਮ ਹੋਇਆ ਉਹਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਆ ਤੇ ਜੇ ਹੁਣ ਕਾਂਗਰਸ ਤੋਂ ਬਾਅਦ ਮੋਦੀ ਸਾਹਿਬ ਨੂੰ ਮੌਕਾ ਮਿਲਿਆ
ਤੇ ਮੋਦੀ ਸਾਹਿਬ ਨੇ ਚਲੋ ਬਹੁਤ ਕੁਛ ਕਰਕੇ ਦਿਖਾਇਆ ਦੇਸ਼ ਵਾਸਤੇ, ਇਹ 'ਚ ਕੋਈ ਦੋ ਰਾਵਾਂ ਨੀਗੀਆਂ ਇਹ ਵੀ ਆਪਾਂ ਹਰ ਗੱਲ ਹਰ ਇੱਕ ਦਾ ਵਿਰੋਧ ਕਰਨਾ ਆ, ਪਰ ਉਹ ਜਿਹੜਾ ਸੌਫਟ ਕਾਰਨਰ ਆ, ਉਹ ਜਿਹੜੀ ਹਮਦਰਦੀ ਆ, ਉਹ ਮੁੜ ਕੇ ਗਰਾਊਂਡ ਤੇ ਦਿਸਣੀ ਚਾਹੀਦੀ ਆ, ਉਹ ਮੁੜ ਕੇ ਐਕਸ਼ਨਸ ਵਿੱਚ ਕਨਵਰਟ ਹੋਣੀ ਚਾਹੀਦੀ ਆ, ਮੁੜ ਕੇ ਫੈਸਲੇ ਲੈਣੇ ਚਾਹੀਦੇ ਆ। ਜੇ ਤੁਹਾਡੀ ਸਰਕਾਰ ਹਰਿਆਣੇ 'ਚ ਸੀਗੀ, ਤੁਹਾਡੀ ਸਰਕਾਰ ਦਿੱਲੀ ਸੀਗੀ, ਚਲੋ ਪੰਜਾਬ ਵਿੱਚ ਵੀ ਕਿਸੇ ਵੇਲੇ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਤੇ ਫਿਰ ਭਾਈ ਆਪਾਂ ਸਾਰੇ ਪੰਜਾਬ ਹਰਿਆਣੇ ਦੇ ਮਸਲੇ ਸਾਰੇ ਨਿਬੇੜ ਦਿੰਦੇ। ਉਹ ਟਾਈਮ ਸੀਗਾ, ਉਹ ਹੁਣ ਕਿਉਂ ਕਿਉਂ ਨਹੀਂ ਕੀਤਾ, ਕਿਹਨੇ ਨਹੀਂ ਕੀਤਾ, ਇਹ ਫਿਰ ਬੜੀ ਲੰਬੀ ਗੱਲ ਕਹਾਣੀ ਆ। ਪਰ ਉਹ ਜੇ ਐਕਸ਼ਨ ਹੁੰਦੇ ਤੇ ਆਪਣੇ ਸਿੱਖਾਂ ਦੇ ਨਾਲ ਆਪਣੇ ਵਿਤਕਰਾਂ ਨਾ ਹੁੰਦਾ, ਸਿੱਖਾਂ ਦੇ ਨਾਲ ਧੱਕਾ ਨਾ ਹੁੰਦਾ ਉਹਨਾਂ ਦੇ ਧਾਰਮਿਕ ਆਪਣੇ ਮਸਲਿਆਂ 'ਚ, ਤੇ ਫਿਰ ਇਹ ਸਾਰਾ ਕੁਝ ਠੀਕ ਸੀਗਾ। ਪਰ ਹੁਣ ਐਕਸ਼ਨ ਹੀ ਨਾ ਹੋਇਆ। ਤੁਸੀਂ ਸਾਡੀ ਹਮਦਰਦੀ ਲੈਣਾ ਚਾਹੁੰਦੇ ਹੋ, ਸਾਡੀ ਹਮਦਰਦੀ ਹੈਗੀ ਹੈ ਜੇ ਤੁਸੀਂ ਚੰਗੇ ਕੰਮ ਕਰਦੇ ਹੋ, ਪਰ ਸਾਡੇ ਨਾਲ ਤੁਸੀਂ ਮਾੜਾ ਵੀ ਨਾ ਕਰੋ ਨਾ, ਸਾਡੇ ਨਾਲ ਤੁਸੀਂ ਆਪਣੇ ਵਿਤਕਰਾ ਵੀ ਨਾ ਕਰੋ ਨਾ। ਅਸੀਂ ਦੇਸ਼ ਭਗਤ ਹਾਂ, ਸਾਡਾ ਦੇਸ਼ ਆ, ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਅਸੀਂ। ਅਸੀਂ ਸਾਰੇ ਭਾਈਚਾਰਾ, ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਜਿੰਨੇ ਵੀ ਹੈਗੇ ਹਾਂ, ਪੰਜਾਬ ਦੀ ਤਾਂ ਮਿਸਾਲ ਹੀ ਵੱਖਰੀ ਆ। ਜੋ ਆਪਣਾ ਗੁਰੂ ਸਾਹਿਬ ਦਾ ਆਪਾਂ ਨੂੰ ਸਿੱਖਿਆ ਸੰਦੇਸ਼ ਆ, ਉਹ ਤਾਂ ਸਾਰੀ ਦੁਨੀਆਂ ਨਾਲ ਵੱਖਰੀ ਆ, ਕੋਈ ਫਰਕ ਹੀ ਹੈ ਨਹੀਂ ਗਾ। ਆਪਾਂ ਤਾਂ ਸਭ ਨੂੰ, ਸਭ ਦਾ ਭਲਾ ਮੰਗਦੇ ਹਾਂ, ਸਭ ਨੂੰ ਨਾਲ ਲੈ ਕੇ ਚੱਲਦੇ ਹਾਂ। ਤੇ ਅਕਾਲੀ ਦਲ ਹੁਣ ਇਕੱਲੇ ਚੋਣ ਲੜਨ ਜਾ ਰਹੀ ਹੈ, 13 ਸੀਟਾਂ ਦੇ ਉੱਪਰ ਤੁਹਾਨੂੰ ਸਥਿਤੀ ਕੀ ਲੱਗਦੀ ਹੈ? ਕਿਉਂਕਿ 2022 ਦੇ ਵਿੱਚ ਜੋ ਕੁਝ ਰਿਹਾ ਜਾਂ ਜੋ ਜ਼ਿਮਨੀ ਚੋਣ ਦੇ ਵਿੱਚ ਹੋਇਆ, ਉਹਦੇ ਵਿੱਚ ਬੀਜੇਪੀ ਕਾਫੀ ਉੱਭਰ ਕੇ ਆਈ। ਤੁਹਾਨੂੰ ਲੱਗਦਾ ਵੀ ਇਕੱਲੇ ਚੋਣ ਲੜਨ ਦੇ ਵਿੱਚ ਅਕਾਲੀ ਦਲ ਨੂੰ ਓਨੀਆਂ ਸੀਟਾਂ ਆ ਸਕਦੀਆਂ ਜਿੰਨੀਆਂ ਇਕੱਠੇ ਲੜਿਆਂ 'ਤੇ ਆਉਣੀਆਂ ਸੀ? ਇੱਦਾਂ ਜੀ ਵੀ ਸੀਟਾਂ ਕਿੰਨੀਆਂ ਕਿਹਨੂੰ ਆਉਣਗੀਆਂ, ਇਹ ਤਾਂ ਹਜੇ ਆਪਾਂ ਕੋਈ ਵੀ ਇਹਦਾ ਅੰਦਾਜ਼ਾ ਨਹੀਂ ਲਾ ਸਕਦਾ। ਸਟਰੋਂਗ ਹੁੰਦਾ ਨਾ ਇੱਕ ਅਨਾਲਿਸਿਸ ਹੁੰਦਾ ਹੈ, ਪਰ ਇਹ ਮੈਂ ਕਹੂੰਗਾ ਜ਼ਰੂਰ ਕਿ ਜੇ ਅੱਜ ਅਕਾਲੀ ਦਲ ਇਕੱਲਾ ਇਲੈਕਸ਼ਨ ਲੜ ਰਿਹਾ ਤੇ ਅਕਾਲੀ ਦਲ ਦਾ ਬੇਸ ਜਿਹੜਾ ਪੰਥਕ ਬੇਸ ਆ ਪਿੰਡਾਂ 'ਚ ਕਿਸਾਨੀ ਦਾ, ਜਿਹੜਾ ਅਕਾਲੀ ਦਲ ਦਾ ਧੁਰਾ ਆ, ਉਹ ਅੱਜ ਜੋ ਅਕਾਲੀ ਦਲ ਦੇ ਫੈਸਲੇ ਅਕਾਲੀ ਦਲ ਲੈ ਰਿਹਾ, ਅਕਾਲੀ ਦਲ ਦੇ ਜੋ ਆਪਣੇ ਲੋਕਾਂ ਤੱਕ ਪਹੁੰਚ ਹੋ ਰਹੀ ਆ, ਅੱਜ ਉਹ ਲੱਗਦਾ ਕਿ ਲੋਕ ਅਕਾਲੀ ਦਲ ਦੇ ਨਾਲ ਖੜੇ ਹੋ ਰਹੇ ਨੇ। ਲੋਕ ਅਕਾਲੀ ਦਲ ਨੂੰ ਚਾਹੁੰਦੇ ਨੇ ਕਿ ਇਹ ਜਿਹੜੀ ਖੇਤਰੀ ਪਾਰਟੀ ਆ, ਪੰਜਾਬ ਦੀ ਆਪਣੀ ਪਾਰਟੀ ਆ, ਸਾਰਿਆਂ ਦੀ ਪਾਰਟੀ ਆ, ਨੁਮਾਇੰਦਗੀ ਕਰਦੀ ਹੈ ਸਿੱਖ ਪੰਥ ਦੀ, ਲੇਕਿਨ ਸਾਰਿਆਂ ਦੀ ਸਾਂਝੀ ਪਾਰਟੀ ਆ, ਕੋਈ ਫਰਕ ਨਹੀਂ ਕਰਦੀ ਕਿਸੇ ਨਾਲ। ਉਹ ਲੋਕ ਅਕਾਲੀ ਦਲ ਨੂੰ ਆਪਣੇ ਉੱਭਰਨਾ ਦੇਖਣਾ ਚਾਹੁੰਦੇ ਆ, ਅਕਾਲੀ ਦਲ ਨੂੰ ਉੱਠਣਾ ਦੇਖਣਾ ਚਾਹੁੰਦੇ, ਵੀ ਅਕਾਲੀ ਦਲ ਉੱਠ ਕੇ ਮੋਹਰੇ ਹੋ ਕੇ ਤੇ ਸਾਰਿਆਂ ਤੋਂ ਅੱਗੇ ਹੋ ਕੇ ਅਕਾਲੀ ਦਲ ਪੰਜਾਬ ਨੂੰ ਲੀਡ ਕਰੇ। ਇਹ ਜਿਹੜੀਆਂ ਹੁਣ ਚਾਹੇ ਉਹਨੂੰ ਕਹਿ ਲਓ ਆਪਣੇ 4 ਕੋਨੀ ਟੱਕਰ ਆ, ਚਾਹੇ 3 ਕੋਨੀ ਟੱਕਰ ਕਹਿ ਲਓ, ਚਾਹੇ ਕਿਤੇ 5 ਕੋਨੀ ਟੱਕਰ ਵੀ ਹੋ ਸਕਦੀ ਆ, BSP ਵੀ ਸ਼ਾਇਦ ਵੱਖਰਾ ਖੜੀ ਹੁੰਦੀ ਆ ਜਿੱਦਾਂ ਹਾਲਾਤ ਬਣਦੇ ਆ, ਉਹ ਵੀ ਇੱਕ ਨੈਸ਼ਨਲ ਪਾਰਟੀ ਆ। ਤੇ ਸੋ ਇਹਦੇ ਵਿੱਚ ਕੋਈ ਪਤਾ ਨਹੀਂ ਲੋਕਾਂ ਨੇ ਕਿਹਨੂੰ ਆਪਣੇ ਦੇਣਾ ਫਤਵਾ ਦੇਣਾ, ਲੋਕਾਂ ਨੇ ਕਿਹਦੇ ਮਗਰ ਖੜਨਾ ਆ। ਪਰ ਸਾਨੂੰ ਇਹ ਗੱਲ ਸਾਨੂੰ ਜਿਹੜੀ ਫੀਡਬੈਕ ਆ ਰਹੀ ਆ ਜਾਂ ਜਿਹੜੀ ਨਾ ਹਵਾ ਹੌਲੀ 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 ਚੱਲ ਰਹੀ ਆ, ਉਹ ਲੱਗਦਾ ਕਿ ਲੋਕ ਅਕਾਲੀ ਦਲ ਦੇ ਨਾਲ ਚੱਲਣ ਨੂੰ ਤਿਆਰ ਆ। ਅਕਾਲੀ ਦਲ ਨੇ ਆਪਣੇ ਸਿਧਾਂਤਾਂ 'ਤੇ ਖੜ੍ਹੇ ਹੋਣ ਦਾ ਫੈਸਲਾ ਕਰ ਲਿਆ, ਆਪਣੇ ਏਜੰਡੇ ਨੂੰ ਨਹੀਂ ਛੱਡਣਾ। ਅਕਾਲੀ ਦਲ ਨੇ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਉਹਨੂੰ ਖਿਮਾ ਮੰਗ ਲਈ ਆ, ਅਤੇ ਉਹਦੇ ਵਿੱਚ ਵੀ ਲੋਕਾਂ ਦਾ ਜਿਹੜਾ ਆਪਣੇ ਮਨ ਸ਼ਾਂਤ ਹੋ ਗਿਆ, ਅਤੇ ਇਹ ਸਾਰੀਆਂ ਗੱਲਾਂ ਭੁੱਲ ਕੇ ਹੁਣ ਇੱਕ ਨਵਾਂ ਜਿਹੜਾ ਚੈਪਟਰ ਆ, ਨਵਾਂ ਜਿਹਨੂੰ ਅਧਿਆਇ ਕਹਿ ਲੈਂਦੇ ਹਾਂ, ਜਾਂ ਨਵਾਂ ਇੱਕ ਆਪਣੇ ਹਿਸਟਰੀ ਸ਼ੁਰੂ ਕਰਨ ਜਾ ਰਿਹਾ ਅਕਾਲੀ ਦਲ, ਜਿਸ ਨੂੰ ਲੋਕਾਂ ਨੇ ਸਵੀਕਾਰ ਕਰਨਾ ਆ, ਤੇ ਲੋਕ ਸਾਥ ਦੇਣਗੇ ਜ਼ਰੂਰ। ਬਾਕੀ ਠੀਕ ਆ, ਤੁਹਾਨੂੰ ਕੀ ਲੱਗਦਾ ਅੰਦਰੋਂ ਆਵਾਜ਼ ਕੀ ਆ ਰਹੀ, ਕਿੰਨੀਆਂ 13 'ਚ ਕਿੰਨੀਆਂ ਕੁ ਸੀਟਾਂ ਅਕਾਲੀ ਦਲ ਲੈ ਜਾਊਗਾ? ਦੇਖੋ ਸੀਟਾਂ ਦੀ ਗਿਣਤੀ ਤਾਂ ਮੈਂ ਹੁਣ ਕੀ ਕਹਿ ਸਕਦਾ ਹਾਂ, ਇਹ ਤਾਂ ਕੋਈ ਵੀ ਆਪਾਂ ਅੰਦਾਜ਼ਾ ਨਹੀਂ ਆਪਣੇ ਲਾ ਸਕਦੇ, ਚਾਹੇ ਕੋਈ ਸਿਆਸੀ ਮਾਹਰ ਵੀ ਹੋਣ ਜਾਂ ਕੋਈ ਆਪਣੇ ਜਿਹਨਾਂ ਨੇ ਕੋਈ ਸਰਵੇ ਕੀਤਾ ਹੋਵੇ ਉਹ ਵੀ ਹੋਣ, ਪਰ ਫਿਰ ਸਾਨੂੰ ਇਹ ਲੱਗਦਾ ਕਿ ਅਕਾਲੀ ਦਲ ਅੱਜ ਆਪਣੇ ਪੈਰਾਂ 'ਤੇ ਦੁਬਾਰਾ ਖੜ੍ਹਾ ਹੋ ਗਿਆ। ਅਕਾਲੀ ਦਲ ਹੁਣ ਇਹਨੂੰ ਇੱਥੋਂ ਉੱਪਰ ਉੱਠੂਗਾ। ਸੀਟਾਂ ਕਿੰਨੀਆਂ ਆਉਂਦੀਆਂ, ਮੈਂ ਤਾਂ ਕਹਿੰਦਾ ਰੱਬ ਕਰੇ ਬਹੁਤ ਸੀਟਾਂ ਆਉਣ, ਠੀਕ ਹੈ ਜੀ, ਇਹ ਮੰਗਦੇ ਹਾਂ। ਗੁਰਪ੍ਰਤਾਪ ਵਡਾਲਾ ਦਾ ਮਨ ਹੈ ਇਸ ਇਲੈਕਸ਼ਨ ਦੇ ਵਿੱਚ ਚੋਣ ਲੜਨ ਦਾ? ਇਲੈਕਸ਼ਨ ਵਿੱਚ ਤਾਂ ਕਿਹੜਾ ਨਹੀਂ ਚਾਹੁੰਦਾ ਇਲੈਕਸ਼ਨ ਲੜਨੀ, ਸਾਰੇ ਚਾਹੁੰਦੇ ਆ, ਪਰ ਸਾਡਾ ਆਪਣਾ ਜਲੰਧਰ ਦਾ ਇਹ ਤਾਂ ਸਾਡੇ ਭਾਈਚਾਰੇ ਵਾਸਤੇ ਆ ਜਿਹੜਾ ਆਪਣਾ। ਮੈਂ ਪਰਸਨਲ ਰਾਏ ਜੇ ਤੁਹਾਨੂੰ ਦੇਵਾਂ ਤਾਂ ਤੁਹਾਡੇ ਤੇ ਪੰਥਕ ਛਵੀ ਆ, ਖਡੂਰ ਸਾਹਿਬ ਹਲਕਾ ਵਿਹਲਾ ਪਿਆ, ਤੁਸੀਂ ਉੱਥੇ ਜਾ ਕੇ ਚੋਣ ਲੜ ਸਕਦੇ ਹੋ ਬੜੀ ਵਧੀਆ। ਚਲੋ ਇਹ ਗੱਲ ਤਾਂ ਜੀ ਮਤਲਬ ਮੇਰਾ ਹਲਕਾ ਆਪਣਾ। ਹਾਂ ਨਹੀਂ ਚਲੋ ਬਹੁਤ ਚੰਗਾ ਮਨਦੀਪ, ਸਾਡਾ ਤਾਂ ਭਰਾ ਆ ਤੂੰ, ਤੇ ਬੜੀ ਚੰਗੀ ਸੋਚ ਆ। ਤੇ ਪਾਰਲੀਮੈਂਟ ਜਾ ਕੇ ਜੇ ਕੋਈ ਬੰਦਾ ਪਾਰਲੀਮੈਂਟ ਜਾਵੇ ਆਪਣੇ ਪੰਜਾਬ ਦੀ ਸਿੱਖ ਪੰਥ ਦੀ ਗੱਲ ਕਰੇ, ਤੇ ਉੱਥੇ ਉਦੋਂ ਵੱਡਾ ਹੋਰ ਕਿਹੜਾ ਆਪਣੇ ਨਾ ਮਾਣ ਮਿਲ ਸਕਦਾ ਆ।
ਇਹ ਹਰ ਬੰਦਾ ਚਾਹੁੰਦਾ ਹੁੰਦਾ ਆ ਕਿਉਂਕਿ ਇਹ ਤੁਹਾਡੇ ਪਰਿਵਾਰ ਦੀ ਤੇ ਇਸ ਕਰਕੇ ਵੀ ਚਰਚਾ ਹੁੰਦੀ ਵੈਸੇ ਤਾਂ ਪੂਰੇ ਜਿੰਨੇ ਸਿੱਖ ਕੌਮ ਬੈਠੀ ਜਿੱਥੇ ਜਿੱਥੇ ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਪਰ ਤੁਹਾਡੇ ਬਜ਼ੁਰਗਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਵਾਉਣ ਦੇ ਵਿੱਚ ਉਹਨਾਂ ਦੀਆਂ ਅਰਦਾਸਾਂ ਜਾਂ ਉਹਨਾਂ ਦੇ ਜਿਹੜੇ ਯਤਨ ਰਹੇ ਆ ਖੈਰ ਉਹ ਨਵਜੋਤ ਸਿੰਘ ਸਿੱਧੂ ਹੋਣਾ ਨੇ ਉਹ ਚੀਜ਼ ਨੂੰ ਗ੍ਰੈਬ ਕਰ ਲਿਆ ਤੇ ਉਹ ਅੱਗੇ ਆ ਗਏ ਪਰ ਗੁਰ ਪ੍ਰਤਾਪ ਸਿੰਘ ਵਡਾਲਾ ਸਾਹਿਬ ਰਹੇ ਨੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਉਸ ਚੀਜ਼ ਦਾ ਮੈਨੂੰ ਲੱਗਦਾ ਕਿ ਉਸ ਹਲਕੇ 'ਚ ਬੜਾ ਫਾਇਦਾ ਹੋਣਾ ਤੁਹਾਨੂੰ ਦੇਖੋ ਜੀ ਚਲੋ ਇਹ ਤਾਂ ਜੋ ਵਡਾਲਾ ਸਾਹਿਬ ਕਰ ਗਏ ਜਿਹੜੀ ਕਮਾਈ ਉਹਨਾਂ ਦੀ ਆ ਉਹ ਚਲੋ ਸਾਨੂੰ ਅਗਲੀਆਂ ਪੀੜ੍ਹੀਆਂ ਨੂੰ ਮਿਲ ਗਏ ਸਾਰੇ ਪੰਥ ਨੂੰ ਮਿਲੀ ਇਕੱਲੇ ਮੈਨੂੰ ਨਹੀਂ ਚਲੋ ਮੈਂ ਤਾਂ ਉਹਨਾਂ ਦਾ ਬੇਟਾ ਹਾਂ ਅਸੀਂ ਤਾਂ ਚਲੋ ਸਾਨੂੰ ਤਾਂ ਕਹਿੰਦੇ ਹੁੰਦੇ ਕਾਕਾ ਕਿਰਤ ਕਰਿਆ ਕਰੋ ਕੰਮ ਕਰੋ ਆਪਣਾ ਇਹ ਪੋਲੀਟਿਕਸ ਦਾ ਨਾਲ ਇੱਕ ਆਪਣਾ ਕਹਿ ਲਓ ਸੇਵਾ ਦਾ ਸਾਧਨ ਆ ਇਹ ਨਾਲ ਨਾਲ ਆਪਾਂ ਕਰੀ ਚੱਲੀਏ ਪਰ ਆਪਾਂ ਕੰਮ ਨੂੰ ਨਹੀਂ ਆਪਾਂ ਉਹ ਆਪਣੇ ਛੱਡਣਾ ਆਪਣੇ ਕਿਰਤ ਕਰਨੀ ਪਹਿਲਾਂ ਆਪਣੀ ਵੀ ਆਪਾਂ ਇਹ 'ਚ ਕੋਈ ਠੱਗੀ ਨਹੀਂ ਮਾਰਨੀ ਮਤਲਬ ਸਾਨੂੰ ਉਹ ਨਾ ਜਿੱਦਾਂ ਘੁੱਟ ਘੁੱਟ ਕੇ ਸਾਡੇ 'ਚੋਂ ਭਰ ਗਏ ਵੀ ਇਮਾਨਦਾਰੀ ਨਾਲ ਨੇਕੀ ਨਾਲ ਆਪਾਂ ਸੇਵਾ ਕਰਨੀ ਆ ਇਹ 'ਚੋਂ ਖੱਟਣਾ ਕੁਛ ਨਹੀਂਗਾ ਲਾਂਘੇ ਵਾਸਤੇ ਵੀ ਕਹਿੰਦੇ ਸੀ ਵੀ ਜਦੋਂ ਲਾਂਘਾ ਖੁੱਲ੍ਹ ਗਿਆ ਅਸੀਂ ਆਪਣੇ ਗੁਰੂ ਸਾਹਿਬ ਦੀ ਅੱਗੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਨੀ ਆ ਵੀ ਇਹ ਸਾਡਾ ਪੰਥਕ ਮਿਸ਼ਨ ਸੀਗਾ ਉਹ ਮਿਸ਼ਨਰੀ ਵਾਂਗੂ ਉਹਨਾਂ ਨੇ ਕੰਮ ਕੀਤਾ ਉਹ ਪੂਰਾ ਹੋ ਗਿਆ ਚਾਹੇ ਠੀਕ ਆ ਨਵਜੋਤ ਸਿੱਧੂ ਦਾ ਜੋ ਵੀ ਯੋਗਦਾਨ ਹੈਗਾ ਰੋਲ ਹੈਗਾ ਉਹ ਸਾਰੀ ਸੰਗਤ ਜਾਣਦੀ ਆ ਹੁੰਦਾ ਆ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਉਹਨਾਂ ਦੀ ਯਾਰੀ ਵੀ ਆਪਣੇ ਕੰਮ ਆਈ ਰੰਗ ਲਿਆਈ ਜਿਹੜੀ ਇਮਰਾਨ ਖਾਨ ਨਾਲ ਯਾਰੀ ਸੀਗੀ ਇਸ ਵੀ ਕੋਈ ਆਪਣਾ ਗਲਤ ਗੱਲ ਨਹੀਂ ਹੈਗੀ ਠੀਕ ਆ ਬਿਲਕੁਲ ਸਹੀ ਆ ਪਰ ਸਾਰਿਆਂ ਦਾ ਸੀਗਾ ਯੋਗਦਾਨ ਸੀਗਾ ਬਾਕੀ ਗੁਰੂ ਸਾਹਿਬ ਨੇ ਸਮਾਂ ਬਖਸ਼ਤਾ ਇਹ ਆਪਣੇ ਸਿਰੇ ਚੜ ਗਿਆ ਪਰ ਉਹ ਚ ਵਡਾਲਾ ਸਾਹਿਬ ਇਹ ਵੀ ਕਹਿੰਦੇ ਸੀ ਆਪਾਂ ਉਹਦੇ ਚ ਕੋਈ ਸਿਹਰਾ ਨਹੀਂ ਆਪਣੇ ਸਿਰ ਲੈਣਾ ਕੋਈ ਕ੍ਰੈਡਿਟ ਨਹੀਂ ਲੈਣਾ ਬਿਲਕੁਲ ਨਹੀਂ ਲੈਣਾ ਬਿਕੋਜ਼ ਨਿਮਰਤਾ ਸੀ ਉਹਨਾਂ ਚ ਉਹਨੂੰ ਪਤਾ ਸੀਗਾ ਪੰਥ ਦੇ ਅਸੂਲ ਕੀ ਆ ਸਿੱਖੀ ਦਾ ਸਿਧਾਂਤ ਕੀ ਆ ਵੀ ਅਸੀਂ ਕੰਮ ਕੋਈ ਨਿਸ਼ਕਾਮ ਹੋ ਕੇ ਕਰਦੇ ਆ ਕੋਈ ਜਵਾਬਾ ਖੱਟਣ ਵਾਸਤੇ ਕੰਮ ਨਹੀਂ ਕਰਦੇ ਮੈਂ ਇਹ ਚੀਜ਼ ਮੰਨ ਲਾਂ ਕਿ ਹੁਣ ਵੈਸੇ ਤਾਂ ਕੱਲ ਫੈਸਲਾ ਹੋਇਆ ਤੇ ਜੇ ਗੁਰ ਪ੍ਰਤਾਪ ਸਿੰਘ ਵਡਾਲਾ ਨੂੰ ਕੌਣ ਆਉਂਦਾ ਇਲੈਕਸ਼ਨ ਲੜਨ ਲਈ ਤੇ ਤੁਸੀਂ ਨਾ ਨਹੀਂ ਕਰੋਗੇ ਦੇਖੋ ਜਿਹੜਾ ਪਾਰਟੀ ਕੋਈ ਫੈਸਲਾ ਕਰੂਗੀ ਜੀ ਸਾਨੂੰ ਤਾਂ ਸਿਰ ਮੱਥੇ ਪ੍ਰਵਾਨ ਕਰਨਾ ਪਊਗਾ ਨਾ ਗੱਲ ਹੀ ਕਰਨੀ ਆ ਜੀ ਇਹ ਤਾਂ ਇੱਕ ਕਹਿ ਲਓ ਆਪਣਾ ਸਟਰਗਲ ਆ ਇਹ ਆਪਣੇ ਇੱਕ ਸੰਘਰਸ਼ ਆ ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਲਾਈਫ ਤਾਂ ਐਵਰੀ ਡੇ ਸਟਰਗਲ ਆ ਰੋਜ਼ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਸੋ ਇਹ ਤਾਂ ਇਹਦੇ ਵਿੱਚੋਂ ਲੰਘਾਂਗੇ ਜੇ ਸਾਡੇ 'ਤੇ ਕੋਈ ਆਪਣੀ ਜ਼ਿੰਮੇਵਾਰੀ ਪਾਰਟੀ ਪਾਊਗੀ ਅਸੀਂ ਕਿਸੇ ਗੱਲ ਤੋਂ ਇਨਕਾਰ ਨਹੀਂ ਕਰਦੇ ਪਰ ਇਹ ਵੀ ਹੈ ਨਹੀਂਗਾ ਕਿ ਅਸੀਂ ਬਹੁਤ ਆਪਣੇ ਜ਼ਿਆਦਾ ਕਾਲੇ ਹਾਂ ਜਾਂ ਜ਼ਿਆਦਾ ਚਾਹਵਾਨ ਹਾਂ ਇੱਦਾਂ ਦੀ ਗੱਲ ਵੀ ਹੈ ਨਹੀਂਗੀ ਪਰ ਇਹ ਆਪਣੇ ਠਹਿਰੇ ਹੋਏ ਤਰੀਕੇ ਦੇ ਨਾਲ ਤੁਰੇ ਜਾਂਦੇ ਹਾਂ ਵੀ ਚਲੋ ਅਸੀਂ ਸੇਵਾ ਹੀ ਕਰਨੀ ਆ ਜਿੱਥੇ ਗੁਰੂ ਸਾਹਿਬ ਨੇ ਸੇਵਾ ਸਾਡੇ ਤੋਂ ਲੈਣੀ ਆ ਲੈ ਲੈਣੀ ਆ ਅਤੇ ਅਸੀਂ ਸੇਵਾ ਕਰੀ ਜਾਣੀ ਆ ਪਰ ਜੇ ਕਿਸੇ ਨੂੰ ਕਿਸੇ ਲੀਡਰ ਨੂੰ ਕੋਈ ਮੌਕਾ ਮਿਲਦਾ ਉਹ ਤਾਂ ਅਵੇਲ ਕਰਦਾ ਹੀ ਆ ਇਹ ਤਾਂ ਗੱਲ ਹੈਗੀ ਹੈ ਪੋਲੀਟਿਕਸ ਦਾ ਫੰਡਾ ਹੀ ਇਹ ਆ ਵੈਸੇ ਵੀ ਇਹ ਹੈ ਨਾ ਵੀ ਤੁਸੀਂ ਤਿਆਰ ਹੋ ਕੇ ਇੱਥੇ ਬਹਿ ਜਾਂਦੇ ਹੋ ਸਵੇਰੇ ਜਦੋਂ ਨੂੰ ਕੋਈ ਲੈ ਜਾਂਦਾ ਉਦੋਂ ਤੁਰ ਪੈਂਦੇ ਹੋ ਫਿਰ ਗੱਡੀ ਉਹਨੂੰ ਖਿੱਚ ਲਿਆ ਕਰੇ ਚਲੋ ਜੀ ਇਹ ਤਾਂ ਪਰਮਾਤਮਾ ਦੇ ਉੱਪਰ ਨਿਰਭਰ ਆ ਵੀ ਜਿੱਦਾਂ ਜਿੱਦਾਂ ਦਾ ਵੀ ਸਮਾਂ ਆਊਗਾ ਆਪਾਂ ਪੰਜਾਬ ਦੇ ਹੀ ਪੰਜਾਬੀਆਂ ਦੀ ਸੰਗਤ ਦੀ ਸੇਵਾ ਕਰਨੀ ਆ ਅਖੀਰਲਾ ਸਵਾਲ ਆ ਮੇਰਾ ਵੀ ਕਦੋਂ ਤੱਕ ਟਿਕਟਾਂ ਜਿਹੜੀਆਂ ਨੇ ਅਨਾਉਂਸ ਹੋ ਸਕਦੀਆਂ ਨੇ ਗੱਲ ਚੱਲਦੀ ਦੇਖੋ ਹੁਣ ਤਾਂ ਆਪਣੇ ਸਾਰੀ ਜਿਹੜੀ ਲੀਡਰਸ਼ਿਪ ਆ ਸਾ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਬਚਾਓ ਯਾਤਰਾ 'ਚ ਲੱਗੇ ਆ ਅਤੇ ਪਰ ਕਰਕੇ ਅਖੀਰਲੇ ਗੇਟ 'ਚ ਆਪਣੀ ਇਲੈਕਸ਼ਨ ਆ ਲਾਸਟ ਫੇਜ਼ ਵਿੱਚ ਆ ਪੰਜਾਬ ਪਤਾ ਨਹੀਂ ਕਿਉਂ ਲਾਸਟ ਫੇਜ਼ 'ਚ ਰੱਖਿਆ ਆਮ ਤੌਰ ਤੇ ਹੁੰਦੀ ਨਹੀਂ ਹੁੰਦੀ ਹਾਂਜੀ ਕਰਕੇ ਹਾਂਜੀ ਆਪਣਾ ਛੋਟਾ ਸੂਬਾ ਸੀਗਾ 13 ਸੀਟਾਂ 'ਚ ਤਾਂ ਵਿੱਚ ਵਿਚਾਲੇ ਐਡਜਸਟ ਹੋ ਸਕਦੀ ਸੀ ਗਰਮੀ ਗੁਰਮੀ ਤੋਂ ਆਪਣੇ ਚਲੋ ਆਪਣੇ ਪਹਿਲਾਂ ਹੋ ਜਾਂਦੀ ਤਾਂ ਪਰ ਚਲੋ ਚੰਗਾ ਰਹਿੰਦਾ ਹਾਂਜੀ ਹਾਂ ਛੇਤੀ ਆਪਣੇ ਸਾਰੇ ਵਿਹਲੇ ਹੋ ਜਾਂਦੇ ਪਰ ਜਿੰਨਾ ਟਾਈਮ ਮਿਲ ਗਿਆ ਉਨੀ ਤਿਆਰੀ ਵੀ ਵਧੀਆ ਹੋ ਜਾਊਗੀ ਹੁਣ ਪੰਜਾਬ ਬਚਾਓ ਯਾਤਰਾ ਚੱਲ ਰਹੀ ਆ ਵਧੀਆ ਚੰਗਾ ਸਾਰਾ ਆਪਣਾ ਪੰਜਾਬ ਕਵਰ ਹੋ ਜਾਊਗਾ ਸੋ ਬੜੇ ਢੁਕਵੇਂ ਸਮੇਂ 'ਤੇ ਆ ਕੇ ਪਾਰਟੀ ਨੇ ਇਹਦਾ ਜਿਹੜਾ ਫੈਸਲਾ ਲੈਣਾ ਟਿਕਟਾਂ ਦਾ ਅਤੇ ਉਦੋਂ ਆਪਣੇ ਐਲਾਨ ਹੋ ਜਾਣਾ ਆ ਸੋ ਇਹ ਆ ਵੀ ਤਕੜੇ ਹੋ ਕੇ ਪੂਰਾ ਆਪਣੇ ਲੜਾਂਗੇ ਪੂਰੀ ਆਪਣੀ ਕੋਸ਼ਿਸ਼ ਕਰਾਂਗੇ ਵਾਹ ਲਾਵਾਂਗੇ ਬਾਕੀ ਤਾਂ ਸੰਗਤ ਨੇ ਫੈਸਲਾ ਲੈਣਾ ਇਹ ਜੋ ਵੀ ਉਹ ਫੈਸਲਾ ਦੇਣਗੇ ਪਰ ਸਾਨੂੰ ਉਮੀਦ ਆ ਕਿ ਇਸ ਵਾਰ ਲੋਕ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਆ ਤੇ ਤਕੜਾ ਕਰਕੇ ਇਸ ਇਲੈਕਸ਼ਨ ਚੋਂ ਭੇਜਣਗੇ ਠੀਕ ਹੈ ਡਾਕਟਰ ਸਾਹਿਬ ਤੁਸੀਂ ਜਲਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਜੀ ਲੱਗਾ ਮਨਦੀਪ ਸਿੰਘ ਹਰ ਵੇਲੇ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਵੀ ਅਕਾਲੀ ਦਲ ਇੱਕ ਚੁਰਾਹੇ 'ਤੇ ਖੜਾ ਸੀਗਾ